ਸਤਿ ਸ਼੍ਰੀ ਅਕਾਲ ਜੀ, ਇੰਡੀਆ ਨਿਊਜ਼ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਹਾਂ ਵਾਸੂ ਮੰਚਨ ਦਾ। ਗੱਲ ਕਰਾਂਗੇ ਨਾਭਾ ਦੀ ਹਾਈ ਸਿਕਿਉਰਿਟੀ ਜੇਲ੍ਹ ਦੀ, ਜਿਹੜੀ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਅਤੇ ਵਿਵਾਦਾਂ ਦੇ ਵਿੱਚ ਹੈ। ਜੇਲ੍ਹ ਦੇ ਅੰਦਰ ਤਿੰਨ ਗੈਂਗਸਟਰਾਂ ਨੇ ਜੇਲ੍ਹ ਵਾਰਡਨ ਦਾ ਡੰਡਾ ਖੋਹ ਕੇ ਇੱਕ ਕੈਦੀ ਦੇ ਨਾਲ ਕੁੱਟਮਾਰ ਕੀਤੀ। ਜ਼ਖਮੀ ਕੈਦੀ ਨੇ ਜੇਲ੍ਹ ਪ੍ਰਸ਼ਾਸਨ ਨੂੰ ਹੀ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ। ਮੁੜ ਸਵਾਲਾਂ ਦੇ ਵਿੱਚ ਨਾਭਾ ਦੀ ਹਾਈ ਸਿਕਿਉਰਿਟੀ ਜੇਲ੍ਹ ਔਰ ਕਈ ਗੰਭੀਰ ਇਲਜ਼ਾਮ ਜਿਹੜੇ ਨੇ ਉਹ ਜੇਲ੍ਹ ਪ੍ਰਸ਼ਾਸਨ 'ਤੇ ਹੀ ਲਗਾਏ ਨੇ। ਨਾਭਾ ਹਾਈ ਸਿਕਿਉਰਿਟੀ ਜੇਲ੍ਹ ਜਿੰਨਾ ਸੁਰੱਖਿਅਤ ਨਾ ਓਨੇ ਹੀ ਸਵਾਲ। ਇਹ ਜੇਲ੍ਹ ਆਪਣੀ ਸੁਰੱਖਿਆ ਵਿਵਸਥਾ ਲਈ ਆਏ ਦਿਨ ਸੁਰਖੀਆਂ 'ਚ ਰਹਿੰਦੀ ਹੈ ਅਤੇ ਹਸਪਤਾਲ 'ਚ ਪਿਆ ਇਹ ਕੈਦੀ ਮੁੜ ਤੋਂ ਇਸ ਜੇਲ੍ਹ ਨੂੰ ਸਵਾਲਾਂ ਦੇ ਕਟਹਿਰੇ 'ਚ ਖੜਾ ਕਰ ਰਿਹਾ। ਕੈਦੀ ਨਾਲ ਜੇਲ੍ਹ ਅੰਦਰ ਕੁੱਟਮਾਰ ਹੋਈ ਹੈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਕੈਦੀ ਦੇ ਇਲਜ਼ਾਮ ਨੇ ਕਿ ਜੇਲ੍ਹ ਅੰਦਰ ਗੈਂਗਸਟਰਾਂ ਦਾ ਬੋਲਬਾਲਾ ਹੈ। ਕੁਝ ਗੈਂਗਸਟਰ ਆਪਸ ਵਿੱਚ ਨਸ਼ੇ ਨੂੰ ਲੈ ਕੇ ਭਿੜੇ ਅਤੇ ਵਿੱਚ ਬਚਾਅ ਕਰ ਰਹੇ ਇਸ ਕੈਦੀ ਦਾ ਹੀ ਕੁੱਟਾਪਾ ਝਾੜ ਦਿੱਤਾ ਗਿਆ। ਇੰਨਾ ਹੀ ਨਹੀਂ, ਕੈਦੀ ਨੇ ਜੇਲ੍ਹ ਦੀ ਸੁਰੱਖਿਆ ਵਿਵਸਥਾ 'ਤੇ ਵੀ ਸਵਾਲ ਚੁੱਕੇ ਨੇ। ਉਸ ਨੇ ਕਿਹਾ ਕਿ ਜੇਲ੍ਹ ਵਾਰਡਨ ਦਾ ਡੰਡਾ ਖੋਹ ਕੇ ਉਸ ਨਾਲ ਕੁੱਟਮਾਰ ਹੋਈ ਹੈ, ਪਰ ਜੇਲ੍ਹ ਪ੍ਰਸ਼ਾਸਨ ਤਮਾਸ਼ਾ ਦੇਖਦਾ ਰਹਿ ਗਿਆ। ਮੈਂ ਛੁੱਟੀ ਕੱਟ ਕੇ ਆਇਆ ਸੀਗਾ, ਹੁਣ ਮੈਨੂੰ 5 ਕੁ ਦਿਨ ਹੋਏ ਨੇ। ਮੈਂ ਬਾਹਰ ਪੰਜੇ 'ਚ ਵੀ ਆਉਣਾ ਗਾ, ਇੱਥੇ ਮਤਲਬ ਸਾਬਰੀ ਕੋਠੀ ਜੇਲ੍ਹ 'ਚੋਂ ਬਾਹਰੇ। ਮੈਂ ਅੰਦਰ ਉਹਨਾਂ ਦਾ ਕੋਈ ਆਪਦਾ ਰੌਲਾ ਸੀ, ਕੋਈ ਪਤਾ ਨਹੀਂ ਕਿਲੋ ਚਿੱਟਾ ਚੁੱਟਾ ਲਿੱਤਾ ਉਹਨਾਂ ਦਾ ਆਪ 'ਚ, ਕੋਈ ਫੋਨ 'ਤੇ ਕੋਈ ਰੌਲਾ ਚੱਲਦਾ ਸੀ। ਉਹ ਆਪ 'ਚ ਲੜ ਪਏ, ਜਦੋਂ ਮੈਂ ਛੁਡਾਉਣ ਗਿਆ ਉਹਨਾਂ ਨੇ ਮੈਨੂੰ ਬਹੁਤ ਕੁੱਟਿਆ। ਉਹ ਮੁੰਡੇ ਤਾਂ ਉਹਨਾਂ ਨੇ ਮਾਰੀ ਨਹੀਂ, ਕਿ ਮੇਰੇ ਜ਼ਿਆਦਾ ਮਾਰੀ, ਮੇਰਾ ਕੋਈ ਲੱਗ ਦੇ ਗਵਰਨਮੈਂਟ ਦੀ। ਉਹ ਜਦੋਂ ਹੁਣ ਪੁਲਿਸ ਇਨਕੁਆਇਰੀ ਕਰੂਗੀ, ਸਾਰਿਆਂ ਨੂੰ ਚੱਕ ਕੇ ਲਊ, ਸਾਰਾ ਲਿਖੂਗਾ ਖੁਲਾਸਾ ਨੂੰ ਵੀ ਕੀ ਖੁਲਾਸਾ ਉਹ ਚਿੱਟੇ ਦਾ, ਕੀ ਰੌਲਾ ਕਿਲੋ ਦਾ। 4 ਲੱਖ ਰੁਪਏ ਉਹਦਾ ਉਹਨੇ ਦਿੱਤਾ ਹੋਇਆ, 8 ਲੱਖ 'ਚ ਉਹਨਾਂ ਤੋਂ ਕੋਈ ਗੱਲ ਹੋਈ ਸੀ। ਉਹ ਸਾਰਾ ਜਦੋਂ ਪੁਲਿਸ ਇਨਕੁਆਇਰੀ ਕਰੂਗੀ ਸਾਰਾ ਕੁਛ ਨਿਕਲੂਗਾ। ਬਿਲਕੁਲ ਸੁਰੱਖਿਆ ਨਹੀਂ ਹੈਗੀ ਜੀ। ਮੈਂ ਕਹੀ ਨਾ, ਮੁਲਾਜ਼ਮ ਲਵੇ ਖੜੇ ਸੀ, ਮੁਲਾਜ਼ਮ ਨੇ ਐਂ ਨਹੀਂ ਕਿਸੇ ਨੇ ਕਿਹਾ ਵੀ ਕਿਉਂ ਮਾਰ ਦਿਓ, ਉਹਨਾਂ ਦੀ ਹਿੰਮਤ ਹੀ ਨਹੀਂ ਵੀ ਉਹ ਤੋਂ ਹੀ ਡੰਡਾ ਖੋ ਕੇ ਉਹੀ ਮਾਰਿਆ ਮੇਰੇ। ਜੇਲ੍ਹ ਪ੍ਰਸ਼ਾਸਨ 'ਤੇ ਚੁੱਕੇ ਜਾ ਰਹੇ ਸਵਾਲ ਕੋਈ ਨਵੇਂ ਨਹੀਂ। ਕਦੇ ਫੋਨ, ਕਦੇ ਨਸ਼ਾ, ਤਾਂ ਕਦੇ ਜੇਲ੍ਹ ਅੰਦਰ ਹੀ ਗੈਂਗਵਾਰ। ਮੁਲਜ਼ਮਾਂ ਨੂੰ ਸੁਧਾਰਨ ਲਈ ਬਣੀ ਇਹ ਜੇਲ੍ਹ ਨੂੰ ਆਪ ਹੀ ਸੁਧਾਰ ਦੀ ਲੋੜ ਨਜ਼ਰ ਆ ਰਹੀ ਹੈ। ਸਰਕਾਰ ਅਤੇ ਪ੍ਰਸ਼ਾਸਨ ਕਾਰਵਾਈ ਦੀਆਂ ਗੱਲਾਂ ਆਖਦੇ ਨੇ, ਪਰ ਜੇਲ੍ਹ ਅੰਦਰ ਹੋ ਰਹੇ ਇਸ ਖੇਡ ਦਾ ਪਰਦਾਫਾਸ਼ ਕਿਸੇ ਨਾ ਕਿਸੇ ਤਰੀਕੇ ਹੋ ਹੀ ਜਾਂਦਾ ਹੈ। ਨਾਭਾ ਤੋਂ ਰਾਹੁਲ ਖੁਰਾਣਾ ਦੇ ਨਾਲ ਬਿਊਰੋ ਰਿਪੋਰਟ, ਇੰਡੀਆ ਨਿਊਜ਼ ਪੰਜਾਬ। ਸੋ ਨਾਭਾ ਦੀ ਇਹ ਹਾਈ ਸਿਕਿਉਰਿਟੀ ਜੇਲ੍ਹ ਹੈ ਜਿੱਥੇ ਇਹ ਵਾਰਦਾਤ ਸਾਹਮਣੇ ਆਈ ਹੈ ਕਿ ਜਿੱਥੇ ਇੱਕ ਕੈਦੀ ਵੱਲੋਂ, ਜਿਹੜੇ 3 ਕੈਦੀ ਸੀ ਉੱਥੋਂ ਦੇ ਹੀ ਇੱਕ ਕੈਦੀ ਦੇ ਨਾਲ ਕੁੱਟਮਾਰ ਕੀਤੀ, ਪੁਲਿਸ ਦਾ ਹੀ ਡੰਡਾ ਖੋ ਕੇ। ਔਰ ਇਹ ਨਾਭਾ ਦੀ ਹਾਈ ਮੈਕਸੀਮਮ ਸਿਕਿਉਰਿਟੀ ਜੇਲ੍ਹ ਇਸ ਕਰਕੇ ਵਿਵਾਦਾਂ ਦੇ ਵਿੱਚ ਹੈ ਕਿਉਂਕਿ ਇੱਥੋਂ ਹੀ ਕਈ ਕੈਦੀ ਜਿਹੜੇ ਨੇ ਉਹ ਫਰਾਰ ਹੋਏ ਸਨ। ਇਸੇ ਨਾਲ ਸੰਬੰਧਿਤ ਅੱਜ ਦੇ ਸਾਡੇ ਕੋਲ ਸਵਾਲ ਵੀ ਹੈਗੇ ਨੇ ਮੰਤਰੀ ਸਾਹਿਬ ਦੇ ਕੋਲ। ਇਹ ਸਵਾਲ ਨੇ ਸੁਖਜਿੰਦਰ ਸਿੰਘ ਰੰਧਾਵਾ, ਜੋ ਜੇਲ੍ਹ ਮੰਤਰੀ ਨੇ, ਕਿ ਜੇਲ੍ਹਾਂ ਦੇ ਹਾਲਾਤ ਕਿਉਂ ਨਹੀਂ ਬਦਲੇ ਜਾ ਰਹੇ, ਕਿਉਂ ਜਿਉਂ ਦੇ ਤਿਉਂ ਬਣੇ ਹੋਏ ਨੇ, ਕਿਉਂ ਨਹੀਂ ਜੇਲ੍ਹਾਂ ਦੇ ਅੰਦਰ ਅਜਿਹੀਆਂ ਵਾਰਦਾਤਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਉਹ ਘੱਟ ਰਹੀਆਂ ਨੇ। ਲਗਾਤਾਰ ਇਹ ਵਧਦੀਆਂ ਜਾ ਰਹੀਆਂ ਨੇ, ਮੰਤਰੀ ਸਾਹਿਬ ਦੌਰਾ ਕਰ ਰਹੇ ਨੇ, ਪਰ ਬਾਵਜੂਦ ਇਸ ਦੇ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਹਾਈਟੈਕ ਕਰਨ ਦੀ ਗੱਲ ਜਿਹੜੀ ਹੈ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ, ਮੰਤਰੀ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ, ਪਰ ਉਸ ਦੀ ਥਾਂ ਲੋਅ ਟੈਕ ਹੋ ਰਹੀਆਂ ਨੇ ਇਹ ਜੇਲ੍ਹਾਂ, ਕਿਉਂਕਿ ਅਜਿਹੀਆਂ ਜੇਕਰ ਵਾਰਦਾਤਾਂ ਆਉਣਗੀਆਂ ਤਾਂ ਕਿਸ ਤਰੀਕੇ ਦੇ ਨਾਲ ਹਾਈਟੈਕ ਹੋਣਗੀਆਂ, ਕਿਉਂ ਸੁਧਾਰਕਰਾਂ ਨੂੰ ਹੀ ਸੁਧਾਰਨ ਦੀ ਲੋੜ ਪੈ ਰਹੀ ਹੈ। ਸੁਧਾਰਕਰ ਦੇ ਵਿੱਚ ਜਿੱਥੇ ਕੈਦੀ ਬੰਦ ਹੁੰਦੇ ਨੇ ਉੱਥੇ ਕੈਦੀਆਂ ਨੂੰ ਸੁਧਾਰਿਆ ਜਾਂਦਾ, ਪਰ ਜੇਲ੍ਹ ਪ੍ਰਸ਼ਾਸਨ ਨੂੰ ਹੀ ਸੁਧਾਰਨ ਦੀ ਲੋੜ ਪੈ ਰਹੀ ਹੈ। ਜੇਲ੍ਹਾਂ ਦੇ ਅੰਦਰ ਮੋਬਾਈਲਾਂ ਅਤੇ ਨਸ਼ੇ 'ਤੇ ਰੋਕ ਜਿਹੜੀ ਹੈਗੀ ਉਹ ਕਦੋਂ ਲੱਗੇਗੀ? ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ।
ਡੀਸੀ ਸਾਹਿਬ ਦੇ ਕੋਲੋਂ ਪੁੱਛ ਰਹੇ ਹਾਂ ਕਿ ਆਖਿਰ ਜਿਹੜੀ ਹਾਈਟੈਕ ਗੱਲ ਕਰਨ ਦੀ ਜਿਹੜੀ ਇਹ ਜੇਲ੍ਹਾਂ ਨੂੰ ਗੱਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਹਾਈਟੈਕ ਕੀਤੀਆਂ ਜਾਣਗੀਆਂ ਇਹ ਜੇਲ੍ਹਾਂ ਹੈਗੀਆਂ ਨੇ, ਪਰ ਉਸਦੇ ਬਾਵਜੂਦ ਇਹ ਲੋਅ ਟੈਕ ਹੁੰਦੀਆਂ ਜਾ ਰਹੀਆਂ। ਉਲਟਾ ਲਗਾਤਾਰ ਅਜਿਹੀਆਂ ਵਾਰਦਾਤਾਂ ਦਾ ਸਾਹਮਣੇ ਆਉਣਾ ਜੇਲ੍ਹ ਪ੍ਰਸ਼ਾਸਨ ਅਤੇ ਜੇਲ੍ਹ ਮਹਿਕਮੇ 'ਤੇ ਕਈ ਸਵਾਲ ਖੜ੍ਹੇ ਕਰ ਰਹੇ ਨੇ। ਇਸੇ 'ਤੇ ਅੱਜ ਅਸੀਂ ਮੁੱਦਾ ਦੇ ਵਿੱਚ ਚਰਚਾ ਕਰ ਰਹੇ ਹਾਂ ਅਤੇ ਚਰਚਾ ਦੇ ਲਈ ਚੰਡੀਗੜ੍ਹ ਸਟੂਡੀਓ ਦੇ ਵਿੱਚ ਮੇਰੇ ਕੁਝ ਮਹਿਮਾਨ ਮੇਰੇ ਨਾਲ ਜੁੜੇ ਹੋਏ ਨੇ। ਮੇਰੇ ਨਾਲ ਸਾਬਕਾ DSP ਜਗਬੀਰ ਸਿੰਘ ਜੁੜੇ ਹੋਏ ਨੇ, ਸੀਨੀਅਰ ਪੱਤਰਕਾਰ ਰਣਜੀਤ ਸਿੰਘ ਜੁੜੇ ਹੋਏ ਨੇ, ਸੀਨੀਅਰ ਵਕੀਲ ਸਤਬੀਰ ਵਾਲੀਆ ਜੁੜੇ ਹੋਏ ਨੇ, ਅਤੇ ਆਮ ਆਦਮੀ ਪਾਰਟੀ ਤੋਂ ਸਿਮਰਨ ਸਹਿਜਪਾਲ ਜੁੜੇ ਹੋਏ ਨੇ, ਅਤੇ ਭਾਜਪਾ ਤੋਂ ਹਰਜੀਤ ਸਿੰਘ ਭੁੱਲਰ ਵੀ ਸਾਡੇ ਨਾਲ ਜੁੜਨਗੇ, ਅਤੇ ਕਾਂਗਰਸ ਤੋਂ ਸਿਮੀ ਚੋਪੜਾ ਵੀ ਸਾਡੇ ਨਾਲ ਜੁੜਨਗੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ। ਅਤੇ ਸਭ ਤੋਂ ਪਹਿਲਾਂ ਮੈਂ ਜਗਬੀਰ ਜੀ ਤੁਹਾਡੇ ਕੋਲ ਹੀ ਆਵਾਂਗਾ। ਲਗਾਤਾਰ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਉਣਾ, ਔਰ ਖਾਸ ਤੌਰ 'ਤੇ ਨਾਭਾ ਵਰਗੀ ਜਿਹੜੀ ਮੈਕਸੀਮਮ ਸਿਕਿਉਰਿਟੀ ਜੇਲ੍ਹ ਜਿਸ ਨੂੰ ਕਿਹਾ ਜਾਂਦਾ ਹੈ, ਉੱਥੇ ਹੀ ਅਜਿਹੀਆਂ ਵਾਰਦਾਤਾਂ ਲਗਾਤਾਰ ਇੱਕ ਤੋਂ ਬਾਅਦ ਇੱਕ ਸਾਹਮਣੇ ਆਉਣੀਆਂ। ਰਿਪੋਰਟ ਤੁਸੀਂ ਵੇਖ ਲਈ ਹੈ ਕਿ ਕਿਵੇਂ 3 ਕੈਦੀਆਂ ਨੇ ਇੱਕ ਕੈਦੀ ਦੇ ਨਾਲ ਕੁੱਟਮਾਰ ਕੀਤੀ, ਪੁਲਿਸ ਦਾ ਹੀ ਡੰਡਾ ਖੋ ਕੇ ਉਸ ਦੇ ਨਾਲ ਕੁੱਟਮਾਰ ਕੀਤੀ, ਅਤੇ ਫਿਰ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਉਹ ਚਿੱਟੇ ਦੀ ਕੋਈ ਗੱਲ ਕਰ ਰਹੇ ਸੀ। ਯਾਨੀ ਕਿ ਜੇਲ੍ਹਾਂ ਦੇ ਅੰਦਰ ਚਿੱਟਾ ਵੀ ਪਹੁੰਚ ਰਿਹਾ, ਨਸ਼ਾ ਵੀ ਪਹੁੰਚ ਰਿਹਾ, ਮੋਬਾਈਲ ਵੀ ਪਹੁੰਚ ਰਹੇ ਨੇ। ਦੇਖੋ ਜੀ, ਮੈਂ ਤੇ ਤੁਹਾਨੂੰ ਇੱਕ ਗੱਲ ਥੋੜ੍ਹੀ ਕਲੀਅਰ ਕਰ ਦੇਣਾ ਚਾਹੁੰਦਾ ਕਿ ਜੇਲ੍ਹਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਜੇਲ੍ਹ ਡਿਪਾਰਟਮੈਂਟ ਦੇ ਅੰਡਰ ਜ਼ਰੂਰ ਰਹਿੰਦਾ ਹੈ, ਲੇਕਿਨ ਉਹਨਾਂ ਦੀ ਜੁਡੀਸ਼ੀਅਲ ਸਿਸਟਮ ਦੀ ਸਰਵੀਲੈਂਸ ਰਹਿੰਦਾ ਹੈ, ਕਿਉਂਕਿ ਜਿੰਨੇ ਵੀ ਬੰਦੇ ਜੇਲ੍ਹ 'ਚ ਬੰਦ ਹੁੰਦੇ ਨੇ ਉਹ ਜੁਡੀਸ਼ੀਅਲ ਕੈਦੀ ਹੁੰਦੇ ਹੈ, ਅਤੇ ਉਹਨਾਂ ਦੇ ਹਿਊਮਨ ਰਾਈਟਸ ਨੂੰ ਦੇਖਦੇ ਹੋਏ ਜੋ ਬੈਸਟ ਪੋਸੀਬਲ ਹੈ ਉਹ ਕਰਦੀ ਹੈ, ਅਥੋਰਟੀਜ਼ ਕਰਦੀ ਹੈ। ਦੂਜੀ ਗੱਲ, ਤੁਸੀਂ ਕਿਹਾ ਵੀ ਪੁਲਿਸ ਦਾ ਡੰਡਾ, ਕਿਸੇ ਵੀ ਜੇਲ੍ਹ ਦੇ ਵਿੱਚ ਪੁਲਿਸ ਦੀ ਕੋਈ ਇੰਟਰਫੇਰੈਂਸ ਨਹੀਂ ਹੁੰਦੀ, ਤੁਹਾਡੇ ਨੌਲੇਜ ਲਈ ਮੈਂ ਦੱਸ ਰਿਹਾ। ਜੇਲ੍ਹ ਸਟਾਫ ਡਿਫਰੈਂਟ ਹੁੰਦਾ ਹੈ, ਉਹ ਵਾਰਡਰਸ ਹੁੰਦੇ ਨੇ, ਉਹ ਪੁਲਿਸ ਨਹੀਂ ਹੁੰਦੀ। ਉਹਦੇ 'ਚ ਜੇਲ੍ਹ ਦੇ ਵਿੱਚ ਮੈਨੂਅਲ ਦੇ ਹਿਸਾਬ ਨਾਲ ਕੋਈ ਵੀ ਬੰਦਾ ਆਰਮਡ ਨਹੀਂ ਜਾਏਗਾ, ਉਹ ਵੀ ਸਿਰਫ ਇੱਕ ਸਟਿੱਕ ਲੈ ਕੇ ਜਾਂਦੇ ਨੇ, ਔਰ ਵਾਰਡਰਸ ਹੁੰਦੇ ਨੇ, ਉਹਨਾਂ ਦੀ ਬੇਸਿਕ ਜਿਹੜੀ ਟ੍ਰੇਨਿੰਗ ਹੈਗੀ ਹੈ ਉਹ ਹਾਈ ਲੈਵਲ ਦੀ ਟ੍ਰੇਨਿੰਗ ਨਹੀਂ ਹੁੰਦੀ। ਰਹਿ ਗਈ ਗੱਲ ਸਿਕਿਉਰਿਟੀ ਦੀ, ਹਾਈ ਸਿਕਿਉਰਿਟੀ ਦਾ ਮਤਲਬ ਬੇਸਿਕਲੀ ਹੈਗਾ ਕਿ ਵੀ ਹਾਈ ਸਿਕਿਉਰਿਟੀ ਮੀਨਸ ਕਿ ਵੀ ਜੇਲ੍ਹ 'ਚੋਂ ਐਸਕੇਪ ਨਾ ਕਰਕੇ ਜਾਏ, ਉਹ ਹਾਈ ਸਿਕਿਉਰਿਟੀ ਜੇਲ੍ਹ ਕੰਸੀਡਰ ਹੁੰਦੀਆਂ ਨੇ। ਲੇਕਿਨ ਇਹ ਇੰਟਰਨਲ ਮੈਨੇਜਮੈਂਟ ਹੈ ਜੇਲ੍ਹ ਦੀ, ਇਹਦੇ ਵਿੱਚ ਜ਼ਰੂਰ ਮੈਂ ਕਹਾਂਗਾ ਕਿ ਇਹਦਾ ਸਭ ਤੋਂ ਵੱਡਾ ਕਾਰਨ ਕੀ ਹੁੰਦਾ ਹੈ ਕਿ ਵੀ ਜਿਹੜਾ ਵੀ ਜੇਲ੍ਹ ਅਥੋਰਟੀਜ਼ ਹੈ, ਜਿਹੜਾ ਸਾਡਾ ਜੇਲ੍ਹ ਸੁਪਰਡੈਂਟ ਲੈਵਲ ਦੇ ਆਫਿਸਰ ਜਾਂ ਕੋਈ DIG ਲੈਵਲ ਦਾ ਕੋਈ ਆਫਿਸਰ ਬੈਠਦਾ ਉੱਥੇ, ਉਹ ਉਹਨਾਂ ਦੀ ਬੇਸਿਕ ਟ੍ਰੇਨਿੰਗ ਜਿਹੜੀ ਜੇਲ੍ਹ ਵਾਰਡਰਸ ਹੁੰਦੇ ਨੇ, ਕਿਉਂਕਿ ਮੈਂ ਚੰਡੀਗੜ੍ਹ ਦੇ ਜੇਲ੍ਹ ਬ੍ਰੇਕ ਕੇਸ ਦੀ ਇਨਵੈਸਟੀਗੇਸ਼ਨ ਮੈਂ ਹੀ ਕੀਤੀ ਸੀਗੀ, ਜਿਹੜੇ ਵਾਰਡਰਸ ਨੇ ਉਹਨਾਂ ਦੀ ਬੇਸਿਕ ਟ੍ਰੇਨਿੰਗ ਪੂਅਰੈਸਟ ਲੈਵਲ 'ਤੇ ਹੁੰਦੀ ਹੈ, ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਦਾ, ਉਹਨਾਂ ਡਿਊਟੀ ਦੇ ਬਾਰੇ ਅਹਿਸਾਸ ਨਹੀਂ ਕਰਾਇਆ ਜਾਂਦਾ, ਅਤੇ ਇਸ ਕਰਕੇ ਉਹਨਾਂ ਦੀ ਜਿਹੜੀ ਡਿਪਲੋਇਮੈਂਟ ਹੈ, ਉਹਨਾਂ ਦੀ ਮੋਰਲ ਬੂਸਟਿੰਗ ਹੈ, ਉਹਨਾਂ ਦੀ ਟ੍ਰੇਨਿੰਗ ਹੈ, ਉਹ ਜ਼ਰੂਰੀ ਹੈ ਕਿ ਵੀ ਇਹੋ ਜਿਹੇ ਹਾਲਾਤ ਜਦੋਂ ਪੈਦਾ ਹੁੰਦੇ ਤਾਂ ਉਹਨਾਂ ਦੀ ਰਿਸਪੋਂਸੀਬਿਲਟੀ ਕੀ ਬਣਦੀ ਹੈ, ਅਤੇ ਉਹਨਾਂ ਕੋਲ ਇਮੀਡੀਏਟਲੀ ਕੁਇਕ ਰਿਐਕਸ਼ਨ ਲਈ, ਅਗਰ ਕੋਈ ਹਾਲਾਤ ਵਿਗੜ ਰਹੇ ਨੇ ਤਾਂ ਕੋਈ ਕੁਇਕ ਰਿਐਕਸ਼ਨ ਟੀਮ ਵੀ ਹੋਣੀ ਚਾਹੀਦੀ ਹੈ ਜਿਹੜੀ ਇਮੀਡੀਏਟਲੀ ਮੌਕੇ 'ਤੇ ਪਹੁੰਚੇ ਅਤੇ ਇਹ ਚੀਜ਼ਾਂ ਨੂੰ ਕਾਬੂ ਕਰੇ। ਕੁਛ ਬੇਸਿਕ ਚੀਜ਼ਾਂ ਨੇ, ਜੇਲ੍ਹ ਰਿਫੋਰਮਸ ਹੋਏ ਨੇ, ਹਿਊਮਨ ਰਾਈਟਸ ਦੀ ਵੀ ਜ਼ਿਆਦਾ ਵਾਇਲੇਸ਼ਨਸ ਨਹੀਂ ਕਰ ਸਕਦੇ ਵਾਰਡਰ, ਉਹਨਾਂ 'ਤੇ ਵੀ ਉਹਨਾਂ ਦੀ ਵੀ ਲਿਮਿਟੇਸ਼ਨਸ ਹੈ, ਲੇਕਿਨ ਉਹ ਫਿਜ਼ੀਕਲੀ ਸਟਰੋਂਗ ਹੋਣੇ ਚਾਹੀਦੇ ਨੇ ਤਾਂ ਕਿ ਕਾਬੂ ਕਰੇ ਜਾ ਸਕਦੇ, ਕਿ ਉੱਥੇ ਹਥਿਆਰ ਦੀ ਲੜਾਈ ਤਾਂ ਹੁੰਦੀ ਨਹੀਂ ਹੈ। ਚਲੋ, ਇੰਟਰਨਲ ਮੈਨੇਜਮੈਂਟ ਜਿਹੜੀ ਹੈਗੀ ਹੈ ਉਹ ਬੇਸਿਕ ਲੈਕ ਆਫ ਟ੍ਰੇਨਿੰਗ ਕੰਪੀਟੈਂਸੀ, ਲੈਕ ਆਫ ਟ੍ਰੇਨਿੰਗ ਦੀ ਤੁਸੀਂ ਗੱਲ ਕਰ ਰਹੇ ਹੋ ਵਾਲੀਆ ਸਾਹਿਬ ਲੈਕ ਆਫ ਟ੍ਰੇਨਿੰਗ ਕਿਹਾ ਜਾ ਰਿਹਾ ਹੈ, ਪਰ ਆਪਾਂ ਗੱਲ ਹੋਰ ਵੀ ਕਰ ਰਹੇ ਹਾਂ ਕਿ ਜਿਹੜੀ ਇਹ ਜਿਸ ਕੈਦੀ ਦੇ ਨਾਲ ਇਹ ਕੁੱਟਮਾਰ ਕੀਤੀ ਗਈ ਹੈ, ਜਿਹੜੇ 3 ਹੋਰਨਾਂ ਕੈਦੀਆਂ ਵੱਲੋਂ, ਔਰ ਉਸ ਕੈਦੀ ਨੇ ਕਈ ਗੰਭੀਰ ਇਲਜ਼ਾਮ ਲਗਾਏ ਨੇ ਕਿ ਇਹ 3 ਕੈਦੀ ਫੋਨ 'ਤੇ ਕੋਈ ਚਿੱਟੇ ਬਾਰੇ ਗੱਲ ਕਰ ਰਹੇ ਸੀਗੇ, ਯਾਨੀ ਕਿ ਚਿੱਟਾ ਵੀ ਅੰਦਰ ਪਹੁੰਚ ਰਿਹਾ, ਮੋਬਾਈਲ ਵੀ ਅੰਦਰ ਪਹੁੰਚ ਰਹੇ ਨੇ, ਔਰ ਸਭ ਕੁਛ ਅੰਦਰ ਹੋ ਰਿਹਾ, ਗੈਂਗਸਟਰ ਰਾਜ ਅਜੇ ਵੀ ਚੱਲਦਾ ਪਿਆ।
ਕਿਉਂਕਿ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਜੇਲ੍ਹਾਂ ਨੂੰ ਹਾਈਟੈਕ ਕੀਤਾ ਜਾ ਰਿਹਾ, ਅਸੀਂ ਜੇਲ੍ਹਾਂ ਨੂੰ ਸੁਧਾਰਨ ਦੇ ਲਈ ਜਿਹੜੇ ਸਖ਼ਤ ਕਦਮ ਨੇ, ਸਖ਼ਤ ਐਕਸ਼ਨ ਜਿਹੜੇ ਨੇ ਉਹ ਲਏ ਜਾ ਰਹੇ ਨੇ। ਪਰ ਇਸ ਤਰੀਕੇ ਦੀਆਂ ਵਾਰਦਾਤਾਂ ਸਾਹਮਣੇ ਆਉਣਾ, ਖਾਸ ਤੌਰ 'ਤੇ ਨਾਭਾ ਵਰਗੀ ਜੇਲ੍ਹ ਦੇ ਵਿੱਚ, ਤਾਂ ਕਈ ਸਵਾਲ ਖੜ੍ਹੇ ਹੁੰਦੇ ਨੇ ਪ੍ਰਸ਼ਾਸਨ 'ਤੇ। ਵਾਸੂ ਜੀ, ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਨਾ ਚਾਹਾਂਗਾ ਕਿ ਜੇਲ੍ਹ ਜਿਹੜੀ ਹੈ ਨਾ, ਜੇਲ੍ਹ ਦਾ ਨਾਮ ਰੱਖਿਆ ਗਿਆ ਹੈ ਸੁਧਾਰ ਗ੍ਰਹਿ। ਪਰ ਜੋ ਅੱਜ ਕੱਲ੍ਹ ਹਾਲਾਤ ਬਣੇ ਹੋਏ ਨੇ, ਸਮੇਂ ਸਮੇਂ ਦੀ ਸਰਕਾਰਾਂ ਦੀ ਆਪਾਂ ਅਣਦੇਖੀ ਕਹਾਂਗੇ, ਉਹ ਸੁਧਾਰ ਗ੍ਰਹਿ ਦੀ ਬਜਾਏ ਵਿਗਾੜ ਗ੍ਰਹਿ ਜ਼ਿਆਦਾ ਬਣ ਚੁੱਕੀਆਂ ਨੇ ਜੇਲ੍ਹਾਂ। ਦੇਖੋ, ਇਸੇ ਸਾਲ ਦੇ 22 ਜੂਨ 'ਚ, 22 ਜੂਨ ਨੂੰ ਨਾਭਾ ਜੇਲ੍ਹ 'ਚ ਇੱਕ ਮਰਡਰ ਹੋਇਆ। 27 ਜੂਨ ਨੂੰ ਦੋ ਗਰੁੱਪਾਂ ਦੇ ਆਪਸ 'ਚ ਕਲੈਸ਼ ਹੋਇਆ ਲੁਧਿਆਣਾ ਜੇਲ੍ਹ 'ਚ, ਅਤੇ ਕਿਵੇਂ ਗੋਲੀਆਂ ਵੀ ਚੱਲੀਆਂ। ਅਤੇ ਉਸ ਤੋਂ ਬਾਅਦ ਗੈਂਗਸਟਰ, ਤਕਰੀਬਨ 300 ਦੇ ਕਰੀਬ ਗੈਂਗਸਟਰ ਜਿਹੜੇ ਜੇਲ੍ਹਾਂ 'ਚ ਹੈਗੇ ਆ, ਜਿਨ੍ਹਾਂ ਨੇ ਆਪਣੇ ਆਪਣੇ ਗਰੁੱਪ ਕ੍ਰੀਏਟ ਕੀਤੇ ਹੋਏ ਹੈ। ਤੁਸੀਂ ਪਿੱਛੇ 2018 ਦਾ ਸਰਵੇ ਦੇਖਿਆ ਹੋਊਗਾ, 1504 HIV ਪੋਜ਼ੀਟਿਵ ਜਿਹੜੇ ਹੈਗੇ ਨੇ ਉਹ ਜੇਲ੍ਹ 'ਚ ਨੇ। HIV ਪੋਜ਼ੀਟਿਵ ਕਿਉਂ ਹੁੰਦੇ ਆ? ਕਿਉਂ? ਕਿਉਂਕਿ ਡਰੱਗਸ ਜੇਲ੍ਹ 'ਚ ਜਾਂਦੀਆਂ, ਉਹ ਇੰਜੈਕਸ਼ਨ ਜਿਹੜੇ ਹੁੰਦੇ ਆ, ਕਿਉਂਕਿ ਜੇਲ੍ਹ 'ਚ ਤੁਹਾਨੂੰ ਯਾਦ ਹੋਏਗਾ ਇੱਕ ਗੈਂਗਸਟਰ ਜਦੋਂ ਜੇਲ੍ਹ ਤੋਂ ਬਾਹਰ ਨਿਕਲਿਆ ਸੀ, ਉਹਨੇ ਖੁਲਾਸਾ ਕੀਤਾ ਸੀਗਾ ਕਿ ਸਰਿੰਜ ਦਾ ਕੀ ਰੇਟ ਹੈ, ਅਤੇ ਇੱਕ ਉਹਦਾ ਟੀਕੇ ਦਾ ਕੀ ਰੇਟ ਹੈ, ਅਤੇ ਹਰ ਚੀਜ਼ ਦਾ ਇੱਕ ਰੇਟ ਤੈਅ ਹੈ ਜੇਲ੍ਹ ਦੇ ਵਿੱਚ, ਜੇ ਕੋਈ ਚੀਜ਼ ਅੰਦਰ ਜਾਊਗੀ ਮੋਬਾਈਲ ਦਾ ਕੀ ਰੇਟ ਹੈ, ਸਿਮ ਦਾ ਕੀ ਰੇਟ ਹੈ। ਸੋ ਉਹ ਜਿਹੜੀ ਚੀਜ਼ਾਂ ਹੈਗੀਆਂ, ਉਹਦੇ ਕਰਕੇ ਉਹ ਸਰਿੰਜ ਰੀਯੂਜ਼ ਹੁੰਦੀ ਹੈ, ਮਲਟੀਯੂਜ਼ ਹੁੰਦੀ ਹੈ, ਉਹਦੇ ਕਰਕੇ HIV ਪੋਜ਼ੀਟਿਵ, TV, ਅੱਛਾ ਜੀ, ਜੌਂਡਿਸ, ਇਹ ਚੀਜ਼ਾਂ ਹੁੰਦੀਆਂ। 23 ਮਈ 2019 ਦੀ ਇੱਕ ਰਿਪੋਰਟ ਮੈਂ ਤੁਹਾਨੂੰ ਦੱਸਣਾ ਚਾਹੁੰਦਾ, 2014 ਅਤੇ 2016 'ਚ 135 ਡੈਥ ਜੇਲ੍ਹ 'ਚ ਹੋਈਆਂ, ਜੇਲ੍ਹਾਂ 'ਚ ਹੋਈਆਂ, ਜਿਸ 'ਚ 51.96% ਜਿਹੜੀ ਹੈ HIV ਕਰਕੇ, ਜੌਂਡਿਸ ਕਰਕੇ ਅਤੇ TV ਕਰਕੇ ਡੈਥ ਹੋਈਆਂ। ਅਤੇ ਇਹਦਾ ਰੀਜ਼ਨ ਇਹੀ ਹੈ ਕਿ ਇਹ ਜੇਲ੍ਹ, ਜਿਵੇਂ DSP ਸਾਹਿਬ ਨੇ ਕਿਹਾ ਵੀ ਹਾਈ ਸਿਕਿਉਰਿਟੀ ਜੇਲ੍ਹ, ਜਿਹੜੀ ਮਤਲਬ ਇਹ ਹੁੰਦਾ ਕਿ ਜੇਲ੍ਹ ਬ੍ਰੇਕ ਨਾ ਹੋ ਸਕੇ। DSP ਸਾਹਿਬ, ਨਾਭਾ ਜੇਲ੍ਹ ਤਾਂ ਹਾਈ ਸਿਕਿਉਰਿਟੀ ਜੇਲ੍ਹ ਹੈ, ਉਹ ਕਈ ਵਾਰ ਬ੍ਰੇਕ ਹੋਈ ਹੈ। ਚੰਡੀਗੜ੍ਹ ਜੇਲ੍ਹ ਹਾਈ ਸਿਕਿਉਰਿਟੀ ਜੇਲ੍ਹ ਹੈ, ਇਹ ਵੀ ਬ੍ਰੇਕ ਹੋਈ ਹੈ। ਇੱਥੇ ਵੀ ਪਿੱਛੇ ਖਬਰ ਆਈ ਸੀਗੀ ਪਿਛਲੇ ਮਹੀਨੇ, ਇੱਥੇ ਵੀ ਡਰੱਗਸ ਮਿਲੀ ਸੀਗੀ, ਡਰੱਗ ਸਪਲਾਇਰ ਫੜੇ ਗਏ ਸੀਗੇ। ਅਤੇ ਇਹ ਜਿਹੜੀ ਸਿਸਟਮ ਜਿਹੜਾ ਜੇਲ੍ਹਾਂ ਦੇ ਵਿੱਚ, ਐਡਮਿਨਿਸਟ੍ਰੇਟਿਵ ਸਿਸਟਮ ਜਿਹੜਾ ਹੈਗਾ, ਉਹ ਕੰਪਲੀਟਲੀ, ਜਿਹਨੂੰ ਕਹਿੰਦੇ ਆ ਆਪਾਂ, ਯਾਦ ਤੱਕ ਕਿਉਂਕਿ ਰਲ ਮਿਲ ਕੇ ਚੱਲ ਰਿਹਾ ਕੈਦੀਆਂ ਨਾਲ, ਜਾਂ ਕੰਪਲੀਟਲੀ ਫੇਲ ਹੋ ਚੁੱਕਿਆ। ਹੁਣ ਗੱਲ ਆਉਂਦੀ ਜੁਡੀਸ਼ੀਅਲ ਸਿਸਟਮ ਦੀ। ਦੇਖੋ, ਨੋ ਡਾਊਟ ਜੁਡੀਸ਼ਰੀ ਵਾਰ ਵਾਰ ਜੇਲ੍ਹ ਵਿਜ਼ਿਟ ਵੀ ਹੁੰਦੀ ਹੈ, ਆਪਣੇ ਅਥੋਰਾਈਜ਼ ਰਿਪ੍ਰੈਜੈਂਟੇਟਿਵ ਵੀ ਜੁਡੀਸ਼ਰੀ ਦੇ ਹੁੰਦੇ ਆ ਕਿ ਜੇਲ੍ਹ ਜਾਣ ਵਾਸਤੇ ਉੱਥੇ ਆਪਣਾ ਭੇਜਦੇ, ਉਹਨਾਂ ਨੂੰ ਸਰਪ੍ਰਾਈਜ਼ ਵਿਜ਼ਿਟ ਵਾਸਤੇ ਵੀ ਜਾਂਦੇ ਆ, ਕੈਦੀਆਂ ਨਾਲ ਗੱਲ ਕਰਨ ਵਾਸਤੇ, ਜੇਲ੍ਹ ਦੀ ਰੋਟੀ ਚੈੱਕ ਕਰਨ ਵਾਸਤੇ। ਪਰ ਮੇਰੇ ਹਿਸਾਬ ਨਾਲ ਜਿਹੜੇ ਉਹ ਰਿਪ੍ਰੈਜੈਂਟੇਟਿਵ ਜਾਂਦੇ ਆ, ਉਹਨਾਂ ਨੇ ਜਾਣ ਤੋਂ ਪਹਿਲਾਂ ਇੱਕ ਲੂਪ ਪੋਲਸ ਬਹੁਤ ਹੈਗੇ ਨੇ ਸਾਡੇ ਸਿਸਟਮ 'ਚ, ਅਤੇ ਉਹਨਾਂ ਨੂੰ ਇਨਫੋਰਮੇਸ਼ਨ ਪਹੁੰਚ ਜਾਂਦੀ ਵੀ ਕੋਈ ਜੁਡੀਸ਼ੀਅਲ ਅਫਸਰ ਜਾਂ ਕੋਈ ਇੱਦਾਂ ਆ ਰਿਹਾ, ਤਾਂ ਆਟੋਮੈਟਿਕਲੀ ਸਾਰਾ ਕੁਛ ਉਹ, ਜਿਹਨੂੰ ਆਪਾਂ ਕਹਿੰਦੇ ਰੈੱਡ ਕਾਰਪੇਟ ਕਰ ਦਿੰਦੇ ਹਾਂ ਵੀ ਹਾਂਜੀ ਸਭ ਕੁਝ ਠੀਕ ਚੱਲ ਰਿਹਾ, ਕੁਛ ਵੀ ਵਿਗੜਿਆ ਹੋਇਆ ਨਹੀਂ ਹੈਗਾ। ਬਟ ਜੋ ਅੱਜ ਦੇ ਹਾਲਾਤ 'ਚ ਸਾਡੇ ਜੇਲ੍ਹ ਜਿਹੜੇ ਹੈ, ਉਹ ਸੁਧਾਰ ਘਰਾਏ ਦੀ ਬਜਾਏ ਇੱਕ ਤਰ੍ਹਾਂ ਦੇ ਵਿਗਾੜ ਘਰਾਇਆ ਜ਼ਿਆਦਾ ਬਣੇ ਹੋਏ ਨੇ, ਅਤੇ ਉੱਥੇ ਸੁਧਾਰ ਸਧੂਰ ਕੋਈ ਨਹੀਂ ਹੋ ਰਿਹਾ। ਸੋ ਮੈਂ ਤਾਂ ਇਹ ਕਹਿੰਦਾ ਕਿ ਐਡਮਿਨਿਸਟ੍ਰੇਸ਼ਨ ਨੂੰ ਸਟੈਪ ਚੱਕਣੇ ਚਾਹੀਦੇ ਆ, ਸ਼ੋਅ ਕਾਜ਼ ਨੋਟਿਸ ਦੇ ਕੇ, ਜਿਹੜੇ ਜੇਲ੍ਹ ਪ੍ਰਬੰਧਕ ਹੈਗੇ ਆ ਇਹਨਾਂ ਨੂੰ ਬੜੇ ਲੈਵਲ 'ਤੇ, ਈਵਨ ਕਿ ਜੇਲਰ ਤੱਕ ਲੈਵਲ 'ਤੇ ਵੀ ਇਹਨਾਂ ਨੂੰ, ਜੇ ਇਹਨਾਂ ਨੇ ਟਰਮੀਨੇਸ਼ਨਾਂ ਜਾਂ ਸਸਪੈਂਸ਼ਨਾਂ ਹੋਣਗੀਆਂ, ਇਨਕੁਆਇਰੀਆਂ ਖੁੱਲ੍ਹ ਕੇ ਇਹਨਾਂ ਨੇ ਪੈਨਲਟੀਆਂ ਪਾਈਆਂ ਜਾਣਗੀਆਂ, ਫਿਰ ਜਾ ਕੇ ਕਿਤੇ ਨਾ ਕਿਤੇ ਮਾੜਾ ਮੋਟਾ ਫਰਕ ਪੈ ਸਕਦਾ, ਨਹੀਂ ਅਦਰਵਾਈਜ਼ ਇਹ ਸਿਸਟਮ ਜਿਹੜਾ ਕਈ ਸਾਲਾਂ ਤੋਂ ਚੱਲੇ ਆ ਰਿਹਾ ਹੈ ਚੱਲਦਾ ਰਹਿਣਾ। ਵਾਲੀਆ ਸਾਹਿਬ, ਜਿਵੇਂ ਜਗਵੀਰ ਸਿੰਘ ਜੀ ਨੇ ਇੱਕ ਪੁਆਇੰਟ ਚੁੱਕਿਆ ਕਿ ਪੂਰੈਸਟ ਟ੍ਰੇਨਿੰਗ ਜਿਹੜੀ ਹੈਗੀ ਹੈ ਉਹ ਜੇਲ੍ਹਾਂ ਦੇ ਅੰਦਰ ਜਿਹੜੇ ਮੁਲਾਜ਼ਮ ਹੁੰਦੇ ਨੇ ਉਹਨਾਂ ਨੂੰ ਦਿੱਤੀ ਜਾਂਦੀ ਹੈ, ਜੇਲ੍ਹ ਦਾ ਜਿਹੜਾ ਸਟਾਫ ਹੁੰਦਾ, ਇਹ ਵੀ ਇੱਕ ਕਾਰਨ ਮੰਨਿਆ ਜਾ ਸਕਦਾ ਹੈ ਕਿ ਇਸ ਤਰੀਕੇ ਦੀ ਉਹਨਾਂ ਨੂੰ ਕੋਈ ਟ੍ਰੇਨਿੰਗ ਹੀ ਨਹੀਂ ਹੈਗੀ। ਵਾਸੂ ਜੀ, ਡੈਫੀਨੇਟਲੀ ਦੇਖੋ, ਤੁਸੀਂ ਦੇਖਿਆ ਜਦੋਂ ਨਾਭਾ ਜੇਲ੍ਹ ਬ੍ਰੇਕ ਹੋਇਆ ਸੀਗਾ, ਨਾਭਾ ਜੇਲ੍ਹ ਬ੍ਰੇਕ ਦੀ ਜਿਹੜੀ ਸਿਕਿਉਰਿਟੀ ਕੌਣ ਕਰ ਰਿਹਾ ਸੀਗਾ? ਸਿਕਿਉਰਿਟੀ ਕਰ ਰਹੀ ਸੀ ਪ੍ਰਾਈਵੇਟ ਸਿਕਿਉਰਿਟੀ ਏਜੰਸੀ।
ਇਟ ਮੀਨਸ ਲੈਕ ਆਫ ਟ੍ਰੇਨਿੰਗ ਐਡਮਿਨਿਸਟ੍ਰੇਸ਼ਨ ਕੋਲ ਆਪਣੀ ਕੋਈ ਸਿਕਿਉਰਿਟੀ ਹੈ ਨਹੀਂ, ਜਿਹਨੂੰ ਉਹ ਟ੍ਰੇਨਿੰਗ ਤਾਂ ਦੂਰ ਦੀ ਗੱਲ ਹੈ, ਆਪਣੀ ਸਿਕਿਉਰਿਟੀ ਨਹੀਂ ਹੈ। ਸੋ ਜਿਹੜੇ ਦੇਖੋ ਇੱਕ ਕ੍ਰਿਮੀਨਲ ਜਿਹੜੇ ਜੇਲ੍ਹ 'ਚ ਬੰਦ ਰਹਿੰਦੇ ਨੇ, ਬੰਦ ਜਦੋਂ ਕੀਤੇ ਜਾਂਦੇ ਆ ਤਾਂ ਕਿ ਉਹ ਸਿਵਲ ਸੁਸਾਇਟੀ 'ਚ ਰਹਿਣ ਦੇ ਲਾਇਕ ਨਹੀਂ ਹੁੰਦੇ, ਉਹਨਾਂ ਨੂੰ ਸਜ਼ਾ ਯਾਫਤਾ ਹੁੰਦੇ ਆ ਜਾਂ ਫਿਰ ਅੰਡਰ ਟ੍ਰਾਇਲ ਹੁੰਦੇ ਆ, ਤਾਂ ਉੱਥੇ ਤਾਂ ਐਟਲੀਸਟ ਤੁਹਾਨੂੰ ਪ੍ਰੋਪਰ ਟ੍ਰੇਨਡ ਬੰਦੇ ਉੱਥੇ ਅਪੁਆਇੰਟ ਕਰਨੇ ਚਾਹੀਦੇ। ਈਵਨ ਕਿ ਪਿੱਛੇ ਆਇਆ ਸੀ ਕਿ 3000 RPF ਕੰਪਨੀਆਂ, ਜਦੋਂ ਕੈਪਟਨ ਸਾਹਿਬ ਦੀ ਸਰਕਾਰ ਆਈ ਸੀਗੀ ਤਾਂ ਦੂਸਰੇ ਸਾਲ ਹੀ ਆਇਆ ਸੀਗਾ ਵੀ 3000 RPF ਦੀ ਕੰਪਨੀਆਂ ਇਹਨਾਂ ਨੇ ਸੈਂਟਰ ਤੋਂ ਮੰਗੀਆਂ ਨੇ। ਉਹ ਪਤਾ ਨਹੀਂ ਅੱਜ ਕਿਹੜੇ ਰਸਤੇ, ਹੁਣ ਕਰਨਾਲ ਰੁਕੀਆਂ ਹੋਈਆਂ ਨੇ, ਕਰਖੇਤਰ ਰੁਕੀਆਂ ਹੋਈਆਂ, ਉਹਨੂੰ ਪਤਾ ਨਹੀਂ ਕਿਹੜੇ ਰਸਤੇ ਰੁਕੀਆਂ ਹੋਈਆਂ ਨੇ, ਉਹ ਵੀ ਹੁਣ ਤੱਕ ਪਹੁੰਚੀਆਂ ਨਹੀਂ। ਈਵਨ ਕਿ ਸੈਂਟਰ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਕਿ ਜਲਦੀ ਉਹ ਕੰਪਨੀ ਫਿਰ ਰਿਲੀਜ਼ ਕਰਨ, ਕਿਉਂਕਿ ਮੈਨੂੰ ਲੱਗਦਾ ਨਹੀਂ ਪੰਜਾਬ ਦੇ ਹੱਥ ਬਸ ਹੈ ਜੇਲ੍ਹਾਂ ਦੀ ਸਿਕਿਉਰਿਟੀ ਕਰਨਾ। ਤੋ ਸ਼ਾਇਦ ਸੈਂਟਰ ਜੇ ਉਹ ਭੇਜਦੇ ਤਾਂ ਉਹਦੇ ਨਾਲ ਕੋਈ ਨਾ ਕੋਈ ਇਸ ਚੀਜ਼ ਦਾ ਬੈਨੀਫਿਟ ਹੋ ਸਕੇ। ਰਾਈਟ, ਸਾਡੇ ਨਾਲ ਸੀਨੀਅਰ ਪੱਤਰਕਾਰ ਰਣਜੀਤ ਸਿੰਘ ਵੀ ਜੁੜੇ ਹੋਏ ਨੇ। ਰਣਜੀਤ ਜੀ, ਤੁਸੀਂ ਕੀ ਕਾਰਨ ਮੰਨਦੇ ਹੋ ਕਿ ਲਗਾਤਾਰ ਇੱਕ ਪਾਸੇ ਤਾਂ ਜਿਹੜਾ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਜਿਹੜੀਆਂ ਜੇਲ੍ਹਾਂ ਹੈਗੀਆਂ ਨੇ ਉਹਨਾਂ ਨੂੰ ਹਾਈਟੈਕ ਕਰ ਰਹੇ ਹਾਂ, ਪਰ ਇਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆਉਣਾ ਇਹ ਹਾਈਟੈਕ ਦੀ ਬਜਾਏ ਤਾਂ ਲੋਅ ਟੈਕ ਵੱਲ ਜਾ ਰਹੀਆਂ ਨੇ, ਲੋਅ ਟੈਕ ਹੁੰਦੀਆਂ ਜਾ ਰਹੀਆਂ ਨੇ। ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਜਾਂ ਜੇਲ੍ਹ ਪ੍ਰਸ਼ਾਸਨ ਹੈ ਔਰ ਪੁਲਿਸ ਪ੍ਰਸ਼ਾਸਨ ਦਾ ਮੇਰੀ ਭੁਗਤ ਹੈ, ਕਿਉਂਕਿ ਇੱਕ ਜੇਲ੍ਹ ਦੇ ਵਿੱਚ ਕਿੰਨੀ ਜਗ੍ਹਾ ਹੀ ਚੈਕਿੰਗ ਹੁੰਦੀ ਹੈ ਤਾਂ ਜਾ ਕੇ ਅੱਗੇ ਇਸ ਮੋਬਾਈਲ ਕਿੱਦਾਂ ਅੰਦਰ ਪਹੁੰਚ ਜਾਂਦੇ ਨੇ। ਜੇ ਤਾਜ਼ਾ ਹੁਣੇ ਪਰਸੋਂ ਰੰਧਾਵਾ ਸਾਹਿਬ ਨੇ ਰੋਪੜ ਹੁਸ਼ਿਆਰਪੁਰ ਦੇ ਵਿੱਚ ਮੋਬਾਈਲ ਪਕੜੇ ਨੇ, ਤਾਂ ਇਹ ਆਪਾਂ ਇਹਦੇ ਸਾਫ ਕਿਹਾ ਜੇਲ੍ਹ ਪ੍ਰਸ਼ਾਸਨ ਦੀ ਮੇਰੀ ਭੁਗਤ ਹੈ। ਔਰ ਜਿਹੜੀ ਤਲਾਸ਼ੀ ਹੈ, ਜਿਹੜੇ ਉੱਪਰਲੇ ਲੈਵਲ ਦੇ ਅਧਿਕਾਰੀ ਹੈ ਉਹਨਾਂ ਦੀ ਵੀ ਹੋਣੀ ਚਾਹੀਦੀ ਹੈ ਜੇਲ੍ਹ ਦੇ ਵਿੱਚ, ਅਤੇ ਬਾਕੀ ਜਦ ਤੱਕ ਇਹ ਚੀਜ਼ ਨਹੀਂ ਹੋ ਸਕਦੀ ਤਾਂ ਇੱਦਾਂ ਦੀਆਂ ਵਾਰਦਾਤਾਂ ਹੁੰਦੀਆਂ ਨੇ ਕਿ ਚਿੱਟਾ ਪਹੁੰਚ ਗਿਆ ਜਾਂ ਮੋਬਾਈਲ ਤਾਂ ਆਮ ਉੱਥੇ ਗੱਲ ਹੋ ਗਈ ਹੈ, ਜੈਮਰ ਲੱਗਿਆ, ਜੈਮਰ ਦਾ ਵੀ ਕੋਈ ਫਾਇਦਾ ਨਹੀਂ ਹੈਗਾ, ਲੋ ਫ੍ਰੀਕੁਐਂਸੀ ਜੈਮਰ, ਹਾਂ ਲੋ ਮਤਲਬ ਉਹਨਾਂ ਨੇ ਅਪਡੇਟ ਇਹਨਾਂ ਨੇ ਕੀਤਾ ਹੀ ਨਹੀਂ ਮੇਰੇ ਖਿਆਲ ਦੇ ਵਿੱਚ ਹਲ ਤੱਕ ਇਹਨਾਂ ਨੇ, ਜਦੋਂ ਲੱਗੇ ਹੋਏ ਨੇ, ਕਿਉਂਕਿ ਨਵੀਂ ਨਵੀਂ ਟੈਕਨੋਲੋਜੀ ਅੱਜ ਕੱਲ੍ਹ 4G ਆ ਗਈ ਹੈ ਅਤੇ ਉੱਥੇ ਇਹ ਜਿਹੜੇ ਹੈਗੇ ਆ 2-3G ਨਹੀਂ ਕੰਮ ਕਰਨਗੇ। ਸੋ ਮੇਰਾ ਤਾਂ ਇਹੀ ਮੰਨਣਾ ਕਿ ਜੋ ਪੁਲਿਸ ਜੇਲ੍ਹ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਮਿਲੀ ਭੁਗਤ। ਵਾਸੂ ਜੀ, ਜਿਹੜੀ ਅੱਜ ਦੀ ਮੌਜੂਦਾ ਸਰਕਾਰ ਹੈ ਔਰ ਉਹਦੇ ਜਿਹੜੇ ਮੰਤਰੀ ਨੇ ਸੁਖੀ ਰੰਧਾਵਾ ਜੀ, ਜਿਹਨਾਂ ਦੇ ਮਹਿਕਮੇ ਇੱਕ ਪਾਸੇ ਤੋਂ ਜੇਲ੍ਹਾਂ ਦਾ ਦੌਰਾ ਕਰਨ ਗਏ ਸੀ, ਦੂਜੇ ਪਾਸੇ ਆਹ ਕਾਰਵਾਈ ਚੱਲ ਰਹੀ ਸੀ, ਔਰ ਜਿੱਦਣ ਦੇ ਉਹ ਮੰਤਰੀ ਬਣੇ ਨੇ ਉੱਦਣ ਦਾ ਕੋਈ ਮਹੀਨਾ 2 ਮਹੀਨੇ ਬਾਅਦ ਜ਼ਰੂਰ ਇਹੋ ਜਿਹਾ ਵਾਕਿਆ ਹੁੰਦਾ ਜੇਲ੍ਹਾਂ ਦੇ ਵਿੱਚ ਜਿਹੜਾ ਸੁਰੱਖਿਆ ਵਿੱਚ ਆਉਂਦਾ, ਔਰ ਉਹ ਮੰਤਰੀ ਜੇਲ੍ਹਾਂ ਦਾ ਮਾਮਲਾ ਤਾਂ ਚਲੋ ਹੈ ਹੀ ਹੈ, ਦੂਜੇ ਪਾਸੇ ਉਹਨੂੰ ਕਮੇਟੀ 'ਚ ਪਾਇਆ ਗਿਆ ਸੀਗਾ ਜਿਹੜੀ ਸਾਡੀ 550 ਸਾਲਾਂ ਬਣਾਉਣ ਵਾਸਤੇ ਕਮੇਟੀ ਬਣਾਈ ਗਈ ਹੈ, ਹਰ ਫਰੰਟ 'ਤੇ ਫੇਲੀਅਰ ਮੰਤਰੀ ਹੈ ਔਰ ਫਿਰ ਵੀ ਉਹਨੂੰ ਟਿਕਾ ਕੇ ਰੱਖਿਆ ਹੋਇਆ, ਪਤਾ ਨਹੀਂ ਕਿਉਂ ਨਹੀਂ ਉਹਦੇ ਕੋਲ ਅਸਤੀਫਾ ਮੰਗਿਆ ਜਾਂਦਾ ਔਰ ਕਿਉਂ ਨਹੀਂ ਉਹਦੇ ਕੋਲ ਲਿਆ ਜਾਂਦਾ। ਮੇਰੀ ਇੱਕ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਵੀ ਅਗਰ ਇਹਨਾਂ ਕੋਲੋਂ ਜੇਲ੍ਹਾਂ ਦਾ ਰੱਖ ਰਖਾਓ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ, ਡਰੱਗਸ ਦੀ ਸਪਲਾਈ ਬੰਦ ਨਹੀਂ ਕੀਤੀ ਜਾ ਰਹੀ, ਫੋਨਾਂ ਦਾ ਉੱਥੇ ਚਾਲੂ ਹੋਣਾ ਨਹੀਂ ਬੰਦ ਕੀਤਾ ਜਾ ਰਿਹਾ, ਜਿਹੜੇ ਉੱਥੇ ਗੈਂਗਸਟਰ ਰਿਹਾ ਕੁੱਟਮਾਰ ਕਰਦੇ ਨੇ ਉਹ ਨਹੀਂ ਬੰਦ ਕੀਤੀ ਜਾ ਰਹੀ, ਔਰ ਕਤਲੇਆਮ ਹੋ ਰਹੇ ਨੇ ਉੱਥੇ, ਲੋਕਾਂ ਨੂੰ ਮਾਰਿਆ ਜਾ ਰਿਹਾ, ਜਿਹੜਾ ਟੁੱਟ ਰਹੀਆਂ ਨੇ, ਅਤੇ ਕਿਉਂ ਨਹੀਂ ਇਹ ਸੈਂਟਰ ਗਵਰਨਮੈਂਟ ਤੋਂ ਡਿਮਾਂਡ ਕਰਦੇ ਵੀ ਉੱਥੇ CRPF ਜਾਂ ਦੂਜੀ ਕੋਈ ਜਿਹੜੀ ਸੈਂਟਰ ਫੋਰਸਿਸ ਹੈਗੀਆਂ ਨੇ ਉਹਨਾਂ ਨੂੰ ਡਿਪਲਾਏ ਕਰ ਦਿੱਤਾ ਜਾਵੇ ਅਤੇ ਇਹਨਾਂ ਨੂੰ ਜਿਹੜੇ ਪੰਜਾਬ ਪੁਲਿਸ ਦੇ ਉੱਥੇ ਲੱਗੇ ਹੋਏ ਨੇ ਅਫਸਰ ਇਹਨਾਂ ਨੂੰ ਫਾਰਗ ਕਰ ਦਿੱਤਾ ਜਾਵੇ। ਪੁਲਿਸ ਸਾਹਿਬ ਕਰੀ ਹੋਈ ਆ ਉਹ 2 ਸਾਲ ਪਹਿਲਾਂ, 1.5 ਸਾਲ ਪਹਿਲਾਂ ਕਰੀ ਹੋਈ, ਨਹੀਂ ਹੋਈ ਹੋਈ ਨਾ ਪ੍ਰੋਪਰ, ਜਿਹੜਾ ਇੰਟਰਨਲ ਹੈਗਾ ਇਹ ਸਿਰਫ ਜਿਹੜੀ ਕੀਤੀ ਗਈ ਫੋਰਸ ਸਿਰਫ ਬਾਹਰ ਲੈ ਕੇ ਰਹੇ 'ਚ ਹੈ, ਅੰਦਰ ਫਿਰ ਵੀ ਪੰਜਾਬ ਪੁਲਿਸ ਦਾ ਹੀ ਸਿਸਟਮ ਹੈ ਸਾਰਾ, ਅੰਦਰ ਨਹੀਂ ਹੈਗਾ, ਜਿਹੜਾ ਉੱਥੇ SP ਲੱਗਦਾ ਹੈ, DSP ਲੱਗਦਾ ਹੈ, ਜਿਹੜਾ ਜੇਲਰ ਲੱਗਦਾ ਹੈ ਉਹ ਪੰਜਾਬ ਪੁਲਿਸ ਦਾ ਹੀ ਲੱਗਦਾ ਹੈ, ਉਹ ਸੈਂਟਰ ਗਵਰਨਮੈਂਟ ਦਾ ਹੀ ਲੱਗਦਾ ਹੈਗਾ, ਸੈਂਟਰ ਗਵਰਨਮੈਂਟ ਦੀ ਜਿਹੜੀ ਫੋਰਸ ਹੈ ਉਹ ਸਿਰਫ ਆਊਟਰ ਸਾਈਡ 'ਤੇ ਜਿਹੜੀ ਕੰਧ ਉੱਤੇ ਹੈ ਉੱਥੇ ਹੈ, ਸਿਰਫ ਮੇਨ ਗੇਟ 'ਤੇ ਹੈ,
ਇੰਟਰਨਲ ਫੋਰਸ ਸਾਰੀ ਸਾਰੀ ਅੱਜ ਵੀ ਪੰਜਾਬ ਦੀ ਹੈ ਤੇ ਅੰਦਰ ਹੀ ਸਾਰਾ ਕੰਮ ਹੋ ਰਿਹਾ। ਉਹਨਾਂ ਨੂੰ ਤੇ ਕੋਈ ਇਖਤਿਆਰ ਨਹੀਂ ਹੈ ਵੀ ਕਿਸੇ ਨੂੰ ਚੈਕਿੰਗ ਕਰਕੇ ਅੰਦਰ ਜਾਣ ਦੇਣ, ਔਰ ਅੰਦਰ ਸਪਲਾਈ ਕਰਨ ਵਾਲੇ ਕੌਣ ਨੇ? ਜਿਹੜੇ ਵਰਦੀਧਾਰੀ ਨੇ, ਜਿਹੜੇ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਕਿੱਥੇ ਕੰਮ ਕਰ ਰਹੇ ਨੇ, ਉਹ ਨੇ ਉੱਥੇ ਅੰਦਰ ਸਪਲਾਈ ਕਰਨ ਵਾਲੇ, ਡਰੱਗਸ ਵੀ ਸਪਲਾਈ ਕਰਦੇ ਹੈ ਉੱਥੇ, ਬਾਕੀ ਜੋ ਵੀ ਹੋਰਾਂ ਨੂੰ ਚਾਹੀਦਾ, ਜਿਹੜੀਆਂ ਸਹੂਲਤਾਂ ਚਾਹੀਦੀਆਂ ਉਹ ਸਪਲਾਈ ਕਰਦੇ ਨੇ, ਫੋਨ ਵੀ ਸਪਲਾਈ ਕਰਦੇ ਨੇ, ਆਪਣੇ ਫੋਨਾਂ ਤੋਂ ਗੱਲਾਂ ਵੀ ਕਰਾਉਂਦੇ ਨੇ। ਇਹ ਇੱਕ ਆਮ ਚੀਜ਼ ਹੈ, ਆਮ ਰੂਟੀਨ 'ਚ ਹੈ। ਇਹਦੇ 100% ਕਲੀਨ ਕਰਕੇ, ਬਿਲਕੁਲ ਕਲੀਨ ਕਰਕੇ, ਕਲੀਨ ਸਵੀਪ, ਵੀ ਉੱਥੇ ਇੱਕ ਵੀ ਪੰਜਾਬ ਪੁਲਿਸ ਦਾ ਕੋਈ ਵੀ ਜਿਹਦੇ ਨਾਂ ਦੇ PP ਲਿਖਿਆ ਹੋਵੇ ਉਹ ਨਹੀਂ ਹੋਣਾ ਚਾਹੀਦਾ। CRPF ਨੂੰ ਉੱਥੇ ਲਾ ਦਿੱਤਾ ਜਾਵੇ, ਉਹਨਾਂ ਨੂੰ ਕੰਟਰੋਲ ਦੇ ਦਿੱਤਾ ਜਾਵੇ, ਔਰ ਸੈਂਟਰ ਗਵਰਨਮੈਂਟ ਨੂੰ ਕੰਟਰੋਲ ਦਿੱਤਾ ਜਾਵੇ, ਤਾਂ ਜਾ ਕੇ ਕੋਈ ਸੁਧਾਰ ਹੋਏਗਾ। ਨਹੀਂ ਤਾਂ ਜੇ ਇਹੋ ਜਿਹੇ ਮੰਤਰੀ, ਇਹੋ ਜਿਹੀ ਸਰਕਾਰ ਰਹੇਗੀ ਤਾਂ ਤੁਸੀਂ ਆਉਣ ਵਾਲੇ ਸਮੇਂ 'ਚ ਦੇਖਿਓ ਤੁਸੀਂ ਹੋਰ ਕੀ ਕੁਛ ਹੋਏਗਾ। ਅਗਰ ਇਹਨਾਂ ਦੇ ਵੱਡੇ ਜਿਹੜੇ ਕੇਸ ਸੀਗੇ ਜਿਨ੍ਹਾਂ ਦੇ ਵਿੱਚ ਮੁਸਲਿਮ ਫੜੇ ਹੋਏ ਸੀਗੇ, ਉਹਨਾਂ ਦੇ ਕਤਲ ਹੋ ਗਏ, ਔਰ ਅੱਜ ਵੀ ਮੰਤਰੀ ਜੀ ਕੁਛ ਨਹੀਂ ਕੀਤਾ, ਨਾ ਮੰਤਰੀ ਨੂੰ ਕੱਢਿਆ ਗਿਆ, ਨਾ ਮੰਤਰੀ ਦੀ ਕਾਰਵਾਈ, ਨਾ ਪੁਲਿਸ ਅਫਸਰ ਦੀ ਕਾਰਵਾਈ, ਸਾਰੇ ਸਾਰੇ ਉਸਰੇ ਹੀ ਨੇ, ਔਰ DGP ਸਾਹਿਬ ਵੀ ਹੋਏ ਨੇ। ਸਿੰਮੀ ਜੀ ਸਰਕਾਰ ਤੇ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਹੋ ਰਹੇ ਨੇ। ਸਵਾਲ ਸਭ ਤੋਂ ਵੱਡਾ ਇਹ ਕਿ ਸਰਕਾਰ ਵੱਲੋਂ, ਔਰ ਖਾਸ ਤੌਰ ਤੇ ਜੇਲ੍ਹ ਮੰਤਰੀ ਜਿਹੜੇ ਹੈਗੇ ਨੇ ਸੁਖਜਿੰਦਰ ਰੰਧਾਵਾ, ਉਹਨਾਂ ਵੱਲੋਂ ਇਹ ਵਾਰ-ਵਾਰ ਕਿਹਾ ਜਾਂਦਾ ਹੈ ਕਿ ਅਸੀਂ ਜੇਲ੍ਹਾਂ ਨੂੰ ਹਾਈਟੈਕ ਕਰ ਰਹੇ ਹਾਂ, ਅਸੀਂ ਜੇਲ੍ਹਾਂ ਦੇ ਵਿੱਚ ਆਹ ਕਰ ਰਹੇ ਹਾਂ, ਉਹ ਕਰ ਰਹੇ ਹਾਂ, ਪਰ ਬਾਵਜੂਦ ਇਸ ਦੇ ਇਸ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਹਰ ਰੋਜ਼ ਸਾਹਮਣੇ ਆ ਰਹੀਆਂ ਨੇ। ਪਰਸੋਂ ਰੋਪੜ ਦੀ ਜੇਲ੍ਹ ਦੇ ਵਿੱਚ ਜਿਹੜੇ ਨੇ ਉਹ ਮੋਬਾਈਲ ਮਿਲੇ, ਅੱਜ ਜਿਹੜੀ ਨਾਭਾ ਦੀ ਮੈਕਸੀਮਮ ਸਿਕਿਉਰਿਟੀ ਜਿਹੜੀ ਜੇਲ੍ਹ ਜਿਹਨੂੰ ਕਿਹਾ ਜਾਂਦਾ ਹੈ, ਉਸ ਦੇ ਵਿੱਚ ਇਸ ਤਰੀਕੇ ਦੇ ਨਾਲ ਇੱਕ ਕੈਦੀ ਦੀ ਕੁੱਟਮਾਰ ਕੀਤੀ ਗਈ, ਉੱਥੋਂ ਦੇ ਹੀ 3 ਕੈਦੀਆਂ ਵੱਲੋਂ। ਇਹ ਪੁਲਿਸ ਤੇ ਪ੍ਰਸ਼ਾਸਨ ਤੇ ਖਾਸ ਤੌਰ ਤੇ ਜੇਲ੍ਹ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਹੋ ਰਹੇ ਨੇ। ਵਾਸੂ ਜੀ, ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਵੀ ਪ੍ਰੋਬਲਮ ਜਿਹੜੀ ਅੱਜ ਪਹਿਲੀ ਵਾਰ ਨਹੀਂ ਹੋਈ, ਇਹ ਪਹਿਲਾਂ ਵੀ ਹਮੇਸ਼ਾ ਹੁੰਦੀਆਂ ਰਹੀਆਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਜੇਲ੍ਹਾਂ ਦੇ ਵਿੱਚ। ਸਭ ਨੂੰ ਹੀ ਪਤਾ ਕਿ ਕ੍ਰਿਮੀਨਲਸ ਹੀ ਉੱਥੇ ਹੁੰਦੇ ਹੈਗੇ ਆ, ਕੋਈ ਆਮ ਸ਼ਰੀਫ ਨਾਗਰਿਕ ਤਾਂ ਉੱਥੇ ਬੈਠੇ ਨਹੀਂ ਹੋਏ। ਬੜੇ ਅਫਸੋਸ ਦੀ ਗੱਲ ਹੈ, ਜਿਹੜੀ ਸਜ਼ਾ ਕੱਟਣ ਦੇ ਦੌਰਾਨ ਵੀ ਜਦੋਂ ਲੜਾਈ ਕੁੱਟਮਾਰ ਕਰਦੇ ਹੈ, ਉਹ ਇੱਕ ਬਹੁਤ ਅਫਸੋਸ ਦੀ ਗੱਲ ਹੈਗੀ ਹੈ ਕਿ ਸੁਧਾਰ ਘਰ ਦੇ ਵਿੱਚ ਜਾ ਕੇ ਸੁਧਰਨ ਦੀ ਬਜਾਏ ਆਪਾਂ ਹੋਰ ਉੱਥੇ ਹੋਰ ਕ੍ਰਿਮੀਨਲ ਐਕਟੀਵਿਟੀਜ਼ ਕਰ ਰਹੇ ਹੈਗੇ ਆ। ਮੈਡਮ, ਬਟ ਸਵਾਲ ਇਹ ਨਹੀਂ ਹੈਗਾ ਕਿ ਉੱਥੇ ਕ੍ਰਿਮੀਨਲ ਹੁੰਦੇ ਨੇ ਜਾਂ ਉੱਥੇ ਆਮ ਲੋਕ ਹੁੰਦੇ ਨੇ ਜਾਂ ਉੱਥੇ ਸ਼ਰੀਫ ਲੋਕ ਤਾਂ ਜਾਂਦੇ ਹੀ ਨਹੀਂ। ਸਵਾਲ ਇਹ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਹਾਈਟੈਕ ਕਰ ਰਹੇ ਹਾਂ ਜੇਲ੍ਹਾਂ ਦੇ ਵਿੱਚ। ਤੁਸੀਂ ਨਾਭਾ ਦੀ ਜਿਹੜੀ ਇੰਨਾ ਵੱਡਾ ਜਿੱਥੇ ਕਾਂਡ ਹੋਇਆ ਸੀਗਾ, ਨਾਭਾ ਦੀ ਮੈਕਸੀਮਮ ਸਿਕਿਉਰਿਟੀ ਜੇਲ੍ਹ ਉਹਨੂੰ ਕਿਹਾ ਜਾਂਦਾ ਹੈ, ਉਸੇ ਨੂੰ ਹੀ ਨਹੀਂ ਅਜੇ ਤੱਕ ਸੁਧਾਰ ਸਕੇ? ਹੋਰ ਤਾਂ ਬਾਕੀ ਜੇਲ੍ਹਾਂ ਦੀ ਤਾਂ ਆਪਾਂ ਛੱਡ ਹੀ ਦਈਏ ਹਾਲੇ। ਬਿਲਕੁਲ, ਦੇਖੋ ਬਹੁਤ ਜ਼ਿਆਦਾ ਹੱਦ ਤੱਕ ਇੱਥੇ ਜਿਹੜੇ ਹਾਲਾਤ ਹੈ ਉਹ ਖਰਾਬ ਹੋਏ ਹੋਏ ਸੀਗੇ, ਲੇਕਿਨ ਜਦੋਂ ਦੀ ਸਾਡੀ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆਈ ਹੈ, ਸਾਡੇ ਜੇਲ੍ਹ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਜੀ ਟਾਈਮ ਟੂ ਟਾਈਮ ਇਹਨਾਂ ਜੇਲ੍ਹਾਂ ਨੂੰ ਹਾਈਟੈਕ ਕਰਨ ਵਾਸਤੇ ਪ੍ਰਯਤਨਸ਼ੀਲ ਨੇ, ਔਰ ਅਲੱਗ ਅਲੱਗ ਜੇਲ੍ਹਾਂ ਦੇ ਅਚਾਨਕ ਜਿਹੜੇ ਦੌਰੇ ਉਹ ਹਮੇਸ਼ਾ ਕਰਦੇ ਆ ਰਹੇ ਹੈ। ਤੁਸੀਂ ਪਿੱਛੇ ਜੇ ਪਰਸੋਂ ਉਹਨਾਂ ਨੇ ਰੋਪੜ ਜੇਲ੍ਹ ਦਾ ਵੀ ਦੌਰਾ ਕੀਤਾ ਹੈਗਾ, ਪਿੱਛੇ ਜੇ ਲੁਧਿਆਣਾ ਦੇ ਵਿੱਚ ਬਿਲਕੁਲ ਅਚਾਨਕ ਆ ਕੇ ਉਹਨਾਂ ਨੇ ਦੌਰਾ ਕੀਤਾ। ਉਹਦਾ ਪਰਪਸ ਇਹੀ ਹੁੰਦਾ ਕਿ ਵੀ ਕੀ ਹੋ ਰਿਹਾ ਜੇਲ੍ਹ ਦੇ ਵਿੱਚ, ਕਿੱਥੇ ਕੋਈ ਕਮੀ ਪੇਸ਼ੀ ਹੈ, ਕੀ ਹੈ, ਹਰ ਚੀਜ਼ ਦੀ ਉਹਨਾਂ ਤੱਕ ਜਾਣਕਾਰੀ ਪਹੁੰਚੇ। ਮੈਡਮ, ਇਹਨਾਂ ਦੌਰਿਆਂ ਦਾ ਫਾਇਦਾ ਆਪਾਂ ਤਾਂ ਮੰਨੀਏ ਜੇ ਪਿਛਲੇ 2.5 ਸਾਲਾਂ ਦੇ ਵਿੱਚ ਕੋਈ ਘਟਨਾ ਨਾ ਸਾਹਮਣੇ ਆਈ ਹੋਵੇ। ਜੇਲ੍ਹ ਦੇ ਕਮਰੇ ਦੇ ਵਿੱਚ ਸਮੋਸੇ ਤੇ ਚਾਹ ਖਾ ਪੀ ਕੇ ਆ ਜਾਣਾ, ਉਹਨੂੰ ਦੌਰੇ ਨਹੀਂ ਕਹਿੰਦੇ ਹੈਗੇ? ਇੱਕ ਮਿੰਟ ਪੁਲਰ ਸਾਹਿਬ, ਅਗਰ ਜੇਲ੍ਹਾਂ ਦੇ ਵਿੱਚ ਹਰ 2 ਮਹੀਨੇ ਬਾਅਦ ਕਾਰਡ ਹੋਣਗੇ, ਉੱਥੇ ਚਾਹ ਸਮੋਸੇ ਖਾਂਦੇ ਆ ਕਿ ਕੰਮ ਕਰਦੇ ਆ? ਇਹ ਤੁਸੀਂ ਨਾਲ ਗਏ ਸੀ ਕਿ ਚਾਹ ਸਮੋਸੇ ਖਾਣ ਵਾਸਤੇ, ਜਿਹੜਾ ਤੁਹਾਨੂੰ ਪਤਾ ਹੈ ਕਿ ਉੱਥੇ ਚਾਹ ਸਮੋਸੇ ਚੱਲਦੇ ਹੈਗੇ? ਰੋਪੜ ਤੋਂ ਮੋਬਾਈਲ ਫੋਨ ਫੜੇ ਜਾਂਦੇ ਨੇ,
ਰੋਪੜ ਦਾ ਮੋਬਾਈਲ ਫੋਨ ਫੜ ਜਾਂਦੇ ਨੇ ਸੁਧਾਰ ਕਰਦੇ ਚਲੇ ਆ ਰਹੇ ਹੈਗੇ ਆ। ਠੀਕ ਹੈ ਠੀਕ ਹੈ, ਆਮ ਆਦਮੀ ਪਾਰਟੀ ਤੋਂ ਸਿਮਰਨ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ। ਸਿਮਰਨ ਜੀ, ਸਿਮਰਨ ਜੀ, ਇਸ ਤਰੀਕੇ ਦੀਆਂ ਵਾਰਦਾਤਾਂ ਜਿਹੜੀਆਂ ਲਗਾਤਾਰ ਸਾਹਮਣੇ ਆਉਣੀਆਂ ਔਰ ਕਈ ਤਰ੍ਹਾਂ ਦੇ ਸਵਾਲ ਉੱਠਣੇ, ਇਹ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਹੜਾ, ਜੇਲ੍ਹ ਪ੍ਰਸ਼ਾਸਨ ਜਾਂ ਜੇਲ੍ਹ ਮਹਿਕਮਾ ਜਿਹੜਾ ਹੈਗਾ ਉਹ ਫੇਲ ਸਾਬਤ ਨਹੀਂ ਹੋ ਰਿਹਾ? ਜਿਵੇਂ ਕਿ ਭੁੱਲਰ ਜੀ ਨੇ ਕਿਹਾ ਵੀ ਸੁਖਜਿੰਦਰ ਰੰਧਾਵਾ ਜੀ ਦੀ ਜਿਹੜੀ ਇੱਕ ਕਹਿ ਲਓ ਕਿ ਕੰਮ ਕਰਨਾ ਅਸਫਲ ਰਿਹਾ, ਚਾਹੇ ਉਹ ਜੋ ਮਰਜ਼ੀ ਕਹਿ ਲਓ, ਆਪਾਂ ਇਸ ਚੀਜ਼ ਨੂੰ, ਮੇਰੀ ਭੈਣ ਸਿੰਮੀ ਬੈਠੀ ਨੇ ਉੱਥੇ, ਮੈਂ ਇਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਆਪਾਂ ਉਹਨੂੰ ਮੰਨਣ ਦੀ ਬਜਾਏ ਆਪਾਂ ਚਲੋ ਬੈਸਟ ਨਾ ਪਈਏ, ਕਿਉਂਕਿ ਵਾਕਈ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਆ ਉਹ ਕਿਸੇ ਵੀ ਕੰਮ ਦੇ ਵਿੱਚ ਆਪਾਂ ਨੂੰ ਨਹੀਂ ਦਿਖੀ। ਆਪਣੇ ਜਿਹੜੇ ਪੰਜਾਬ ਦੇ ਲੋਕ ਨੇ, ਅਗਰ ਉਹ ਕ੍ਰਿਮੀਨਲ ਉੱਥੇ ਜਾਂਦੇ ਨੇ ਤਾਂ ਇਟ ਮੀਨਸ ਉੱਥੇ ਸੁਧਾਰ ਘਰ, ਉਹਨੂੰ ਇੱਕ ਨਾਮ ਦਿੱਤਾ ਗਿਆ ਜੇਲ੍ਹਾਂ ਨੂੰ, ਸੁਧਾਰ ਘਰ ਦਾ ਮਤਲਬ ਜੇ ਉੱਥੇ ਹੀ ਜਾ ਕੇ ਲੋਕਾਂ ਨੇ ਫਿਰ ਉਹੀ ਗੁੰਡਾਗਰਦੀ, ਉਹੀ ਅੰਦਰ ਉਹ ਗੁੰਡਾ ਨਾਚ ਚੱਲਣਾ ਆ, ਵੀ ਇੱਕ ਥਾਣੇਦਾਰ ਦਾ ਡੰਡਾ ਫੜ ਕੇ ਉਹੀ ਉੱਥੇ ਕੁੱਟਮਾਰ ਹੋ ਰਹੀ ਹੈ, ਤਾਂ ਫਿਰ ਇਟ ਮੀਨਸ ਵੀ ਉਹ ਪੁਲਿਸ ਕਰਮੀਆਂ ਦਾ ਖੜੇ ਹੋਣਾ ਉੱਥੇ ਬੇਵਜ੍ਹਾ ਆ, ਉਹਨਾਂ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਉੱਥੇ ਖੜਨ ਦਾ, ਜਦੋਂ ਆਪਣਾ ਕੰਟਰੋਲ ਹੀ ਨਹੀਂ ਹੈਗਾ, ਆਪਣੇ ਪੁਲਿਸ ਜਿਹੜੇ ਅਧਿਕਾਰੀ ਨੇ ਜਾਂ ਉੱਥੇ ਜੋ ਵੀ ਉੱਚ ਅਧਿਕਾਰੀ ਬੈਠੇ ਨੇ ਉਹਨਾਂ ਦਾ ਕੰਟਰੋਲ ਹੀ ਨਹੀਂ ਹੈਗਾ, ਤਾਂ ਫਿਰ ਫਾਇਦਾ ਕੀ ਹੈ? ਫਿਰ ਤਾਂ ਕੋਈ ਫਾਇਦਾ ਹੀ ਨਹੀਂ, ਉਹ ਜੇਲ੍ਹ ਤੇ ਬਾਹਰ, ਅੰਦਰ ਔਰ ਬਾਹਰ ਦੋਨਾਂ ਦੇ ਵਿੱਚ ਡਿਫਰੈਂਸ ਹੀ ਖਤਮ ਹੋ ਗਿਆ ਨਾ, ਫਿਰ ਤਾਂ ਬਾਹਰ ਵੀ ਉਹੀ ਕੁਛ ਹੈ ਤੇ ਅੰਦਰ ਵੀ ਜੇਲ੍ਹਾਂ ਦੇ ਵਿੱਚ ਵੀ ਉਹੀ ਕੁਛ ਚੱਲ ਰਿਹਾ। ਸਿੰਮੀ ਜੀ, ਚੀਜ਼ ਤਾਂ ਮੰਨਣੀ ਚਾਹੀਦੀ ਹੈ ਨਾ ਕਿ ਸੁਖਜਿੰਦਰ ਰੰਧਾਵਾ ਜੀ ਦੇ ਕੋਲੋਂ ਕੁਛ ਵੀ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਕਾਰਗੁਜ਼ਾਰੀ ਨਹੀਂ ਹੋਣੀ, ਕਿ ਅਗਰ ਉਹ ਨਹੀਂ ਕੰਮ ਆਪਣਾ ਸੰਭਾਲ ਸਕਦੇ ਤਾਂ ਉਹ ਇਸਤੀਫਾ ਦੇ ਦੇਣਾ ਚਾਹੀਦਾ ਹੈ। ਸਿੰਮੀ ਜੀ, ਇਸ ਚੀਜ਼ ਨੂੰ ਤਾਂ ਅਸੈਪਟ ਕਰਨਾ ਪਏਗਾ ਕਿ ਅਜਿਹੀਆਂ ਘਟਨਾਵਾਂ ਤੇ ਠੱਲ ਨਹੀਂ ਪੈ ਸਕੀ ਹੈ, ਔਰ ਇਹਦਾ ਇੱਕ ਕਾਰਨ ਜਗਬੀਰ ਸਿੰਘ ਜੀ ਨੇ ਵੀ ਹੁਣੇ ਦੱਸਿਆ ਸੀਗਾ ਕਿ ਪੂਰੈਸਟ ਟ੍ਰੇਨਿੰਗ ਜਿਹੜੀ ਹੈਗੀ ਹੈ ਉਹ ਜੇਲ੍ਹ ਸਟਾਫ ਨੂੰ ਦਿੱਤੀ ਜਾਂਦੀ ਹੈ, ਕੋਈ ਟ੍ਰੇਨਿੰਗ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ, ਕਿ ਉਹਨਾਂ ਦਾ ਡੰਡਾ ਖੋ ਕੇ ਤੇ ਉੱਥੇ ਹੀ ਕੈਦੀਆਂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਪਹਿਲਾਂ ਟ੍ਰੇਨਿੰਗ ਤਾਂ ਸਹੀ ਕਰ ਲਈਏ ਆਪਾਂ। ਬਿਲਕੁਲ ਵਾਸੂ ਜੀ, ਅਗਰ ਕੋਈ ਆਫੀਸਰ ਕੰਮ ਕਰਨ ਦੀ ਪ੍ਰੋਬਲਮ ਆਈ ਸੀ, ਵਾਸੂ ਜੀ ਅਗਰ ਕੋਈ ਕੰਮ, ਮੈਂ ਇਹੀ ਕਹਿਣਾ ਚਾਹੁੰਦੀ ਕਿ ਅਗਰ ਕੋਈ ਆਫੀਸਰ ਕੰਮ ਕਰਨਾ, ਅਗਰ ਉਹ ਉਸ ਕੰਮ ਕਰਨ ਚ ਸਕਸ਼ਮ ਨਹੀਂ ਹੈਗਾ ਤਾਂ ਉਹਨੂੰ ਚੇਂਜ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ ਸਰਕਾਰ ਵਾਸਤੇ। ਅਗਰ ਆਪਾਂ ਨੂੰ ਲੱਗਦਾ ਕਿ ਸੁਖਜਿੰਦਰ ਸਿੰਘ ਰੰਧਾਵਾ ਜੀ ਆਪਣੀ ਕੰਮ ਦੇ ਵਿੱਚ ਸਫਲ ਨਹੀਂ ਹੋ ਰਹੇ ਤਾਂ ਉਹਨਾਂ ਨੂੰ ਚੇਂਜ ਕਰਕੇ ਕਿਸੇ ਹੋਰ ਆਫੀਸਰ ਦੀ ਡਿਊਟੀ ਲਾ ਦਿੱਤੀ ਜਾਵੇ, ਕੋਈ ਇਹ 'ਚ ਕੋਈ ਇਹ ਗੁੱਸੇ ਗਿਲੇ ਵਾਲੀ ਕੋਈ ਗੱਲ ਨਹੀਂ ਹੈਗੀ, ਇੱਕ ਸਹੀ ਡਿਸੀਜ਼ਨ ਆ। ਹਰ ਬੰਦਾ ਇਹ ਚਾਹੁੰਦਾ ਕਿ ਅਗਰ ਕੋਈ ਕੰਮ ਨਹੀਂ ਕਰ ਰਿਹਾ ਤਾਂ ਉਹਨੂੰ ਚੇਂਜ ਕਰਕੇ ਕਿਸੇ ਹੋਰ ਦੀ ਡਿਊਟੀ ਲਾਈ ਜਾਵੇ। ਜਗਬੀਰ ਜੀ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ? ਇਹ ਮੰਨਣਾ ਚਾਹੀਦਾ ਹੈ, ਸਗੋਂ ਇਹਦੇ ਉੱਤੇ ਬਹਿਸ ਨਾ ਕਰਨ ਦੀ ਬਜਾਏ ਆਪਾਂ ਨੂੰ ਮੰਨਣਾ ਚਾਹੀਦਾ। ਮੈਂ ਕਹਿਣਾ ਚਾਹਦਾ ਸੀਗਾ, ਦੇਖੋ ਇਹਦੇ 'ਚ ਬੜੀ ਕਲੀਅਰ ਕੱਟ ਹੈ, ਸ਼ਾਇਦ ਸਾਡੇ ਭਰਾਵਾਂ ਨੂੰ ਸਾਡੀ ਕੋਨਸੈਪਟ ਨਹੀਂ ਪਤਾ ਪ੍ਰੋਪਰ, ਬਾਕੀ ਤਰ੍ਹਾਂ ਦੇ ਇਸ਼ੂਜ਼ ਨੇ।
ਜੇਲ੍ਹ ਦੇ ਇਨਸਾਈਡ ਜੇਲ੍ਹ ਪ੍ਰਮਾਈਸਿਸ ਕੋਈ ਵੀ ਪੁਲਿਸ ਆਫੀਸ਼ੀਅਲ ਇਜ਼ ਕੈਨੋਟ ਬੀ ਡਿਪਿਊਟਿਡ, ਕੋਈ ਵੀ ਪੁਲਿਸ ਵਾਲਾ ਉਸ ਕੇ ਅੰਦਰ ਜੇਲ੍ਹ ਕੇ ਅੰਦਰ ਜਾ ਨਹੀਂ ਸਕਦਾ ਇੰਟਰਨਲ, ਆਊਟਰ ਸਿਕਿਉਰਿਟੀ ਕੈਨ ਬੀ ਡਨ ਬਾਏ ਦਾ ਪੈਰਾਮਿਲਟਰੀ ਫੋਰਸਿਸ, ਇਨਸਾਈਡ ਆਲ ਅਰੇਂਜਮੈਂਟਸ ਹੈਜ਼ ਟੂ ਬੀ ਮੇਡ ਬਾਏ ਦਾ ਜੇਲ੍ਹ ਸਟਾਫ, ਜੋ ਵਾਰਡਰਸ ਕਹਿਲਾਤੇ ਹੈ, ਵਾਰਡਰਸ, ਡਿਪਟੀ ਸੁਪਰਡੈਂਟ ਜੇਲ੍ਹ, ਅਸਿਸਟੈਂਟ ਸੁਪਰਡੈਂਟ ਜੇਲ੍ਹ, ਸੁਪਰਵਾਈਜ਼ਰ, ਦੇ ਆਰ ਆਲ ਨੋਟ ਬਿਲੋਂਗਸ ਟੂ ਪੁਲਿਸ ਇਨ ਐਨੀ ਮੈਨਰ, ਸਿਵਿਲੀਅਨਸ ਹੁੰਦੇ, ਦਿਸ ਇਜ਼ ਵਨ। ਦੂਜੀ ਗੱਲ, ਵਾਰਡਰਸ ਤੁਸੀਂ ਚੈੱਕ ਕਰਾ ਲਿਓ, ਮੈਂ ਤੁਹਾਨੂੰ ਦੱਸ ਦਿੰਦਾ, ਰੈਗੂਲਰ ਇੰਪਲਾਈਜ਼ ਜੇਲ੍ਹ ਦੇ ਵਿੱਚ ਜਿਹੜੇ ਰੈਗੂਲਰ ਹੁੰਦੇ ਨੇ ਜੇਲ੍ਹ ਸਟਾਫ ਦੇ ਵਿੱਚ, ਰੈਗੂਲਰ ਮੇਰੇ ਹਿਸਾਬ ਨਾਲ 30-40% ਰੈਗੂਲਰ ਹੋਣਗੇ, 60% ਜਿਹੜੇ ਡੇਲੀ ਵੇਜਰ ਮਿਲਣੇ ਹੈ। ਜਿਹੜਾ ਬੰਦਾ ਡੇਲੀ ਵੇਜਰ ਰੈਗੂਲਰ ਨਹੀਂ ਹੈ, ਉਹ ਆਪਣੀ ਡਿਊਟੀ ਕਿਵੇਂ ਨਿਭਾ ਸਕਦਾ ਇੰਨੀ ਸੈਂਸਿਟਿਵ ਇਸ਼ੂਜ਼ 'ਤੇ? ਅਤੇ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਵੀ ਜੇਲ੍ਹ ਸਟਾਫ ਦੀ ਜਿਹੜੀ ਟ੍ਰੇਨਿੰਗ ਪ੍ਰੋਪਰ ਹੋਏ ਔਰ ਉਹਨਾਂ ਦਾ ਥੋੜ੍ਹਾ ਜਿਹਾ ਮੋਰਲ ਬੂਸਟ ਕੀਤਾ ਜਾਏ, ਔਰ ਜਿਹੜਾ ਜੇਲ੍ਹ ਸੁਪਰਡੈਂਟ ਹੈਗਾ, ਅਗਰ ਉਹਦੀ ਕਾਰਗੁਜ਼ਾਰੀ ਨਹੀਂ ਹੈ ਤਾਂ ਉਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਰਿਸਪੋਂਸੀਬਿਲਟੀ ਜੇਲ੍ਹ ਸੁਪਰਡੈਂਟ ਦੀ ਹੈ। ਦੂਜੀ ਗੱਲ, ਇੱਕ ਇਹਦੇ 'ਚ ਹੋਰ ਕਰ ਸਕਦੇ ਹਾਂ, ਹਾਈ ਸਕਿਉਰਿਟੀ ਜੇਲ੍ਹ ਹੋਣਾ, ਹਾਈ ਸਕਿਉਰਿਟੀ ਜੇਲ੍ਹ ਹੋਣਾ ਜਾਂ ਹਾਈਟੈਕ ਹੋਣਾ, ਉਹਦੇ ਜਿਹੜੀ ਇੰਟਰਨਲ ਲੋਅ ਐਂਡ ਆਰਡਰ ਮੇਨਟੇਨ ਕਰਨਾ ਹੈ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਮੈਨੂਅਲੀ ਕਰਨੀ ਪੈਣੀ ਹੈ, ਜਿਹੜੇ ਬਾਰਡਰਸ ਨੇ ਉਹ ਸਟਰੋਂਗ ਹੋਣ, ਪ੍ਰੋਪਰ ਟ੍ਰੇਨਡ ਹੋਣ, ਤਾਂ ਹੀ ਹੋਏਗੀ। ਕੈਮਰਾ, CCTV ਕੈਮਰਾ, ਹਾਈਟੈਕ ਕੁਛ ਨਹੀਂ ਕਰੇਗਾ। ਨੰਬਰ 2, ਜਿੰਨੇ ਵੀ ਗੈਂਗਸਟਰਸ ਬੰਦੇ ਨੇ ਪੰਜਾਬ ਦੀ ਜੇਲ੍ਹਾਂ ਦੇ ਵਿੱਚ, ਇਹਨਾਂ ਨੂੰ ਚਾਹੀਦਾ ਕਿ ਜਿੰਨੀਆਂ ਵੀ ਜੇਲ੍ਹਾਂ ਇਹਨਾਂ ਦੀ ਸੈਂਟਰਲ ਜੇਲ੍ਹਸ ਨੇ, ਉਹਨਾਂ ਦੇ ਵਿੱਚ ਇੱਕ ਇੱਕ ਸੈੱਲ ਬਣਾ ਜਾਏ, ਹਾਈ ਸਕਿਉਰਿਟੀ ਸੈੱਲਸ, ਔਰ ਹਰ ਗੈਂਗ ਵਾਈਜ਼ ਅਲੱਗ ਅਲੱਗ ਗੈਂਗ ਨੂੰ ਅਲੱਗ ਅਲੱਗ ਜਗ੍ਹਾ ਸੱਟਿਆ ਜਾਏ, ਤਾਂ ਕਿ ਨੇੜੇ ਤੇੜੇ ਇਕੱਠੇ ਰਹਿਣੀ ਨਾ, ਇਹਨਾਂ ਨੂੰ ਆਈਸੋਲੇਟਿਡ ਕਰ ਦਿੱਤਾ ਜਾਏ ਥੋੜ੍ਹਾ ਜਿਹਾ, ਤਾਂ ਕਿ ਇਹੋ ਜਿਹੀ ਸਿਚੁਏਸ਼ਨ ਆਉਣ ਤੋਂ ਪਹਿਲਾਂ ਉਹਨੂੰ ਅਵੋਇਡ ਕੀਤਾ ਜਾਏ, ਔਰ ਇਹ ਰੋਟੇਸ਼ਨ ਹੋਣਾ ਚਾਹੀਦਾ ਹੈ, ਕਿਉਂਕਿ ਹਰ 6 ਮਹੀਨੇ ਤੋਂ ਬਾਅਦ ਉਹ ਜਿਹੜੇ ਗੈਂਗਸਟਰ ਅੱਜ ਨਾਭਾ ਜੇਲ੍ਹ 'ਚ ਹੈ, ਕੱਲ੍ਹ ਉਹ ਲੁਧਿਆਣਾ ਜੇਲ੍ਹ ਆਉਣ, ਪਰਸੋਂ ਅਗਲੇ 6 ਮਹੀਨੇ ਰੋਪੜ ਆਉਣ, ਫਿਰੋਜ਼ਪੁਰ ਜਾਣ, ਤਾਂ ਕਿ ਉਹਦੇ 'ਤੇ ਕੰਟਰੋਲ, ਉਹਨਾਂ ਦਾ ਦਿਮਾਗ, ਜਿਹੜੀ ਉਹਨਾਂ ਦੀ ਸੈਟਿੰਗ ਹੈ ਲੋਕਲ, ਜਿਹੜੀ ਜੇਲ੍ਹ ਅਥਾਰਟੀ ਆ ਜੇਲ੍ਹ ਸਟਾਫ ਦੇ ਨਾਲ ਜਿਹੜੀ ਸੈਟਿੰਗ ਕਰ ਲੈਂਦੇ ਨੇ ਮੋਬਾਈਲ ਲਿਜਾਣ ਦੀ, ਡਰੱਗ ਲਿਜਾਣ ਦੀ, ਉਹ ਚੀਜ਼ਾਂ 'ਤੇ ਕੰਟਰੋਲ ਕੀਤਾ ਜਾ ਸਕੇ। ਦਿਸ ਇਜ਼ ਮੋਸਟ ਇੰਪੋਰਟੈਂਟ ਥਿੰਗ। ਸਰ, ਤੁਸੀਂ ਬਹੁਤ ਸਾਰੀਆਂ ਸੁਜੈਸ਼ਨਸ ਵੀ ਦੇ ਦਿੱਤੀਆਂ ਸਰਕਾਰ ਨੂੰ, ਔਰ ਸਿੰਮੀ ਜੀ ਨੇ ਸ਼ਾਇਦ ਸੁਣ ਵੀ ਲਈਆਂ ਹੋਣਗੀਆਂ, ਪਰ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਦੇ ਸਾਹਮਣੇ ਕੋਈ ਕੰਪਲੀਕੇਸ਼ਨਸ ਹੁੰਦੀਆਂ ਨੇ ਇਸ ਕਰਕੇ ਨਹੀਂ ਇਹ ਇੰਪਲੀਮੈਂਟ ਹੋ ਪਾ ਰਹੀਆਂ? ਸੁਜੈਸ਼ਨਸ ਤੁਹਾਡੀਆਂ ਅੱਛੀਆਂ ਨੇ, ਇਹਦੇ 'ਚ ਕੋਈ ਕੋਈ ਕੰਪਲੀਕੇਸ਼ਨ ਨਹੀਂ ਹੈ। ਸਟਾਫ ਪੂਰਾ ਕੀਤਾ ਜਾਏ, ਰੈਗੂਲਰ ਰਿਕਰੂਟਮੈਂਟ ਕੀਤੀ ਜਾਏ, ਬੇਸਿਕ ਟ੍ਰੇਨਿੰਗ ਦਿੱਤੀ ਜਾਏ, ਦੀ ਜਾਏ ਉਨ ਲੋਕੋ ਕੋ, ਔਰ ਸਾਥ ਸਾਥ ਰੋਟੇਸ਼ਨਲ ਮੈਂ ਇਹ ਤੋ ਜੁਡੀਸ਼ਰੀ ਵੀ ਅਲਾਓ ਕਰਤੀ ਹੈ ਵੀ ਆਪ ਜਬ ਜੇਲ੍ਹ ਕੋ ਦੇਖਤੇ ਵੀ ਲੋਅ ਐਂਡ ਆਰਡਰ ਕੇ ਲਈ ਪ੍ਰੋਬਲਮ ਕ੍ਰੀਏਟ ਕਰ ਰਹਾ ਹੈ, ਈਵਨ ਚੰਡੀਗੜ੍ਹ ਕਾ ਕੈਦੀ ਕੋ ਅੰਮ੍ਰਿਤਸਰ ਭੇਜਾ ਜਾਤਾ ਹੈ, ਆਊਟ ਸਟੇਟ ਭੇਜ ਸਕਤੇ ਹੈ ਵਿਦ ਦੀ ਪਰਮਿਸ਼ਨ ਆਫ ਦੀ ਜੁਡੀਸ਼ੀਅਲ ਕੋਰਟਸ, ਐਸਾ ਕੋਈ ਇਸ਼ੂ ਨਹੀਂ ਹੈ, ਔਰ ਜਬ ਤੱਕ ਇਨਕੋ ਸੈਗਰੀਗੇਟ ਨਹੀਂ ਕੀਆ ਜਾਏਗਾ। ਇੱਕ ਜੇਲ੍ਹ ਕਾ ਨਾਮ ਆਪਣੇ ਹਾਈ ਸਕਿਉਰਿਟੀ ਜੇਲ੍ਹ ਰੱਖ ਦਿਆ ਹਾਈਟੈਕ, ਔਰ ਸਾਰੇ ਕੇ ਸਾਰੇ ਕ੍ਰਿਮੀਨਲ ਉਸ ਕੇ ਅੰਦਰ ਆਪਣੇ ਡੁੱਸ ਦੀਏ ਤੋ ਲੜਾਂਗੇ, ਔਰ ਕਿਆ ਕਰੇਂਗੇ ਅੰਦਰ ਜਾ ਕੇ ਵੋ? ਰਾਈਟ, ਠੀਕ ਹੈ ਸਿਮੀ ਜੀ, ਬੇਸਿਕ ਜੋ ਉਨਕੀ ਫੈਸਿਲਿਟੀਜ਼ ਹੈ, ਬੇਸਿਕ ਹਿਊਮਨ ਰਾਈਟਸ ਹੈ, ਉਨਕੋ ਕਟੇ ਨਹੀਂ ਕਰ ਸਕਤੇ ਆਪ ਲੋਕ ਜੇਲ੍ਹ ਮੇਂ ਵੀ। ਰਾਈਟ ਸਿਮੀ ਜੀ, ਬਹੁਤ ਸਾਰੇ ਪੁਆਇੰਟਸ ਜਿਹੜੇ ਨੇ ਜਗਬੀਰ ਜੀ ਨੇ ਚੱਕੇ ਹੈਗੇ ਨੇ ਕਿ ਕਈ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਜਿਵੇਂ ਡੇਲੀ ਬੇਸਿਸ 'ਤੇ ਦੱਸ ਰਹੇ ਨੇ ਕਿ ਕਈ ਇੰਪਲੋਈਜ਼ ਹੈਗੇ ਨੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਟ੍ਰੇਨਿੰਗ ਹੀ ਨਹੀਂ ਹੈਗੀ, ਅਤੇ ਉਹ ਕਿਵੇਂ ਆਪਣਾ ਜਿਹੜਾ ਕੰਮ ਹੈਗਾ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਕਰ ਸਕਦੇ ਨੇ, ਕਿਉਂ ਨਹੀਂ ਇਹਨਾਂ ਚੀਜ਼ਾਂ ਨੂੰ ਦੂਰ ਕੀਤਾ ਜਾਂਦਾ? ਕੀ ਇਹ ਮੰਤਰੀ ਸਾਹਿਬ ਨੂੰ ਇਹ ਚੀਜ਼ਾਂ ਨਜ਼ਰ ਆ ਰਹੀਆਂ ਨੇ ਜਾਂ ਉਹਨਾਂ ਦੀ ਨੌਲੇਜ 'ਚ ਹੈਗੀ ਹੈ? ਦੇਖੋ, ਜਦੋਂ ਦੀ ਕਾਂਗਰਸ ਸਰਕਾਰ ਆਈ ਹੈਗੀ ਹੈ, ਸੁਖਜਿੰਦਰ ਸਿੰਘ ਰੰਧਾਵਾ ਜੀ ਜਦੋਂ ਦੇ ਜੇਲ੍ਹ ਮਿਨਿਸਟਰ ਬਣੇ ਹੈਗੇ ਹੈ, ਉਸ ਤੋਂ ਬਾਅਦ ਜਿਹੜੀਆਂ ਪ੍ਰੋਬਲਮਸ ਆਈਆਂ, ਚਾਹੇ ਉਹ ਲੁਧਿਆਣਾ ਜੇਲ੍ਹ ਦੇ ਵਿੱਚ ਹੋਈ ਸੀ ਜਾਂ ਨਾਭਾ ਜੇਲ੍ਹ ਦੇ ਵਿੱਚ ਹੋਈ ਹੈ, ਉਸ ਤੋਂ ਬਾਅਦ ਆਰਮਸ ਵੀ ਜਿਹੜੇ ਹੈ, ਹਥਿਆਰ ਜਿਹੜੇ ਜੇਲ੍ਹਾਂ ਦੇ ਵਿੱਚ ਜ਼ਿਆਦਾ ਪ੍ਰੋਵਾਈਡ ਕੀਤੇ ਗਏ ਹੈ, ਔਰ ਉੱਥੇ ਜਿਹੜੇ ਮੁਲਾਜ਼ਿਮ ਹੈ ਉਹਨਾਂ ਦੇ ਵਿੱਚ ਵੀ ਵਾਧਾ ਕੀਤਾ ਗਿਆ ਹੈਗਾ ਵੈ।
ਔਰ ਅਸੀਂ ਸੈਂਟਰ ਨੂੰ ਵੀ ਇਹ ਅਪੀਲ ਕੀਤੀ ਸੀਗੀ ਕਿ ਸਾਨੂੰ ਨਾਲ ਬਾਰਡਰ ਸਿਕਿਉਰਿਟੀ ਫੋਰਸਿਸ ਜਾਂ CRPF ਦੇ ਜਿਹੜੇ ਮੁਲਾਜ਼ਮ ਹੈ ਜੇਲ੍ਹਾਂ ਦੇ ਵਿੱਚ ਮੁਹੱਈਆ ਕਰਾਏ ਜਾਣ। ਮੈਡਮ ਆਰਮਸ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਆਰਮਸ ਦੀ ਜਿਹੜੀ ਗਿਣਤੀ ਆ ਉਹ ਵਧਾ ਦਿੱਤੀ ਗਈ ਹੈ, ਪਰ ਇੱਕ ਡੰਡਾ ਤਾਂ ਉਹਨਾਂ ਕੋਲ ਸੰਭਾਲਿਆ ਨਹੀਂ ਗਿਆ, ਡੰਡਾ ਤਾਂ ਖੋ ਕੇ ਲੈ ਗਏ, ਡੰਡੇ ਦੇ ਨਾਲ ਉਹਨਾਂ ਨੂੰ ਕੁੱਟ ਦਿੱਤਾ। ਲੇਕਿਨ ਜੇਲ੍ਹਾਂ ਦੇ ਅੰਦਰ ਆਰਮਸ ਅਲਾਓ ਹੀ ਨਹੀਂ ਹੁੰਦੇ, ਜੇਲ੍ਹ ਦੇ ਫਿਰ ਜੇਲ੍ਹਾਂ ਦੇ ਅੰਦਰ ਕਿਹੜੀ ਆਰਮਸ ਦੀ ਤੁਸੀਂ ਕਹਿ ਰਹੇ ਹੋ ਕਿ ਸਪਲਾਈ ਵਧਾ ਦਿੱਤੀ ਗਈ ਹੈ? ਮੈਮ ਇਸ ਚੀਜ਼ ਨੂੰ ਤਾਂ ਤੁਸੀਂ ਐਕਸੈਪਟ ਹੈਗਾ, ਤੁਹਾਡੇ ਜੇਲ੍ਹ ਸੁਪਰਡੈਂਟ ਜਿਹੜੇ ਉਹਨਾਂ ਦਾ ਹੈਗਾ ਔਰ ਉਹਨਾਂ ਦਾ ਫੇਲਿਅਰ ਜਿਹੜਾ ਹੈਗਾ ਤੁਹਾਡੇ ਮੰਤਰੀ ਦਾ ਹੈਗਾ। ਸੁੱਖੀ ਰੰਧਾਵਾ ਨੂੰ ਇਮੀਡੀਏਟਲੀ ਰਿਜ਼ਾਈਨ ਕਰਨਾ ਚਾਹੀਦਾ ਇਸ ਇਸ਼ੂ ਦੇ ਉੱਤੇ। ਮੈਮ ਇੱਕ ਚੀਜ਼ ਨੂੰ ਤੁਸੀਂ ਵੀ ਅਸੈਪਟ ਕਰੋ ਕਿ ਜਦੋਂ ਦੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਜੇਲ੍ਹ ਮੰਤਰੀ ਬਣੇ ਨੇ ਉਹਨਾਂ ਵੱਲੋਂ ਦੌਰੇ ਬੇਸ਼ੱਕ ਕੀਤੇ ਜਾ ਰਹੇ ਨੇ, ਪਰ ਇਹਨਾਂ ਦੌਰਿਆਂ ਦੀ ਜਿਹੜੀ ਆਊਟਕਮ ਹੈਗੀ ਹੈ ਉਹ ਕੀ ਨਜ਼ਰ ਆ ਰਹੀ ਹੈ? ਪਿਛਲੇ 2.5 ਸਾਲਾਂ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਅਸੈਪਟ ਕਰ ਸਕਦੇ ਹੋ ਕਿ ਕੋਈ ਵਾਰਦਾਤ ਨਹੀਂ ਹੋਈ ਕਿਸੇ ਜੇਲ੍ਹ ਦੇ ਅੰਦਰ, ਦੌਰੇ ਕੀਤੇ ਜਾ ਰਹੇ ਨੇ, ਦੌਰਿਆਂ ਤੋਂ ਬਾਅਦ ਕੋਈ ਵਾਰਦਾਤ ਨਹੀਂ ਹੋਈ? ਵਾਸੂ ਜੀ ਜੇ ਇਹਨਾਂ 2.5 ਸਾਲਾਂ ਦੇ ਵਿੱਚ ਜੇ ਕਿਤੇ ਇੱਕਾ ਦੁੱਕਾ ਕੋਈ ਪ੍ਰੋਬਲਮ ਹੋਈ ਹੈ। ਮੈਡਮ ਇੱਕਾ ਦੁੱਕਾ ਨਹੀਂ, ਮੈਂ ਤੁਹਾਨੂੰ 2 ਦਿਨਾਂ ਦੇ ਅੰਦਰ ਦੋ ਵਾਰਦਾਤਾਂ ਹੋਈਆਂ ਨੇ, 2 ਦਿਨਾਂ ਦੇ ਅੰਦਰ 2 ਵਾਰਦਾਤਾਂ ਨੇ, ਹਰ 3 ਮਹੀਨੇ ਬਾਅਦ ਕੋਈ ਨਾ ਕੋਈ ਹੋ ਰਹੀ ਹੈ, ਹਰ ਮਹੀਨੇ ਕੋਈ ਨਾ ਕੋਈ ਹੋ ਰਹੀ ਹੈ। ਰੋਪੜ ਜੇਲ੍ਹ ਦੇ ਵਿੱਚ ਮੋਬਾਈਲ ਮਿਲੇ, ਨਾਭਾ ਜੇਲ੍ਹ ਦੇ ਵਿੱਚ ਇਸ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ, ਇੱਕਾ ਦੁੱਕਾ ਕਿਵੇਂ ਕਹਿ ਸਕਦੇ ਹੋ ਕਿ 2.5 ਸਾਲਾਂ ਦੇ ਵਿੱਚ ਇੱਕਾ ਦੁੱਕਾ ਹੀ ਘਟਨਾਵਾਂ ਹੋਈਆਂ? 2 ਦਿਨਾਂ ਦੀਆਂ ਐਗਜ਼ਾਮਪਲਸ ਨੇ ਵਾਸੂ ਜੀ। ਹਾਂਜੀ ਪੁਲਿਸ ਵਾਸੂ ਜੀ ਜਿਹਦਾ ਕਰਕੇ ਸਰਕਾਰ ਬਣੀ ਹੈ ਬੇਅਦਬੀ ਮਾਮਲਾ, ਜਿਹੜਾ ਮੁੱਖ ਆਰੋਪੀ ਸੀਗਾ ਉਹਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਜੇਲ੍ਹ ਦੇ ਵਿੱਚ, ਇਹ ਕਿਹਦੇ ਕੁਛ ਇੱਕਾ ਦੁੱਕਾ ਦਿੱਤੇ? ਰਾਈਟ, ਬਿਲਕੁਲ, ਅੰਮ੍ਰਿਤਸਰ ਜੇਲ੍ਹ ਦੇ ਵਿੱਚ ਜਸਪਾਲ ਕਾਂਡ ਹੋਇਆ, ਉਸ ਤੋਂ ਬਾਅਦ 2900 ਕਰੋੜ ਰੁਪਏ ਡਰੱਗ ਮਾਮਲੇ ਵਿੱਚ ਬੰਦਾ ਮਾਰਿਆ ਗਿਆ। ਬਿਲਕੁਲ, ਜਸਪਾਲ ਕਾਂਡ ਦੇਖੋ, ਹਜੇ ਉਹ ਕਿਸੇ ਨੂੰ ਜੇਲ੍ਹਾਂ ਦੇ ਅੰਦਰ ਹੀ ਸਾਰਾ ਕੁਝ ਹੋਇਆ। ਦੇਖੋ ਮੈਡਮ, ਅਗਰ ਮੈਂ ਮੈਡਮ ਸਿੰਘ ਨੂੰ ਪੁੱਛਣਾ ਚਾਹੁੰਦਾ, ਦੇਖੋ ਇਹਦੇ 'ਚ ਗੱਲ ਇੱਕੋ ਹੀ ਹੈਗੀ ਕਿ ਵੀ ਜੇ ਤੁਹਾਡਾ ਜੇਲ੍ਹ ਸਟਾਫ ਇਨਕਲੂਡਿੰਗ ਸਟੂਡੈਂਟ ਆਫ ਜੇਲ੍ਹ ਸਰੈਂਡਰ ਕਰ ਦਿੰਦਾ ਕ੍ਰਿਮੀਨਲ ਦੇ ਅੱਗੇ, ਹੱਥੀਂ ਜੋੜ ਕੇ ਉੱਥੇ ਹਾਜ਼ਰੀਆਂ ਲਾਉਂਦਾ ਹੈ, ਤਾਂ ਉੱਥੇ ਤੁਸੀਂ ਲਾਅ ਐਂਡ ਆਰਡਰ ਮੇਨਟੇਨ ਕਿਵੇਂ ਕਰਨਗੇ? ਉਹ ਸਭ ਤੋਂ ਵੱਡੀ ਪ੍ਰੋਬਲਮ ਇੱਥੇ ਹੈ, ਮੋਟੀਵੇਸ਼ਨ ਦੀ ਨਹੀਂ ਹੈ, ਵਿਲ ਪਾਵਰ ਨਹੀਂ ਉਹਨਾਂ ਦੇ ਵਿੱਚ ਕਿ ਉਹ ਲਾਅ ਐਂਡ ਆਰਡਰ ਮੇਨਟੇਨ ਕਰ ਸਕਣ ਇਨਸਾਈਡ। ਐਕਚੁਅਲੀ ਅਫਸਰ ਕੰਪਲੀਟਲੀ ਸਰੈਂਡਰ ਹੈ, ਸਾਰਾ ਸਟਾਫ ਸਰੈਂਡਰ ਕੀਆ ਹੋਇਆ ਲੱਗਦਾ ਹੈ ਸਰ, ਮਹਿਸੂਸ ਹੋਤਾ ਹੈ। ਸਿਮੀ ਜੀ, ਸਿਰਫ ਦੌਰੇ ਕਰਨ ਨਾਲ ਕੰਮ ਨਹੀਂ ਬਣਦੇ ਹੁੰਦੇ ਸਿਮੀ ਜੀ, ਗੱਲਾਂ ਕਿਉਂਕਿ ਪੰਜਾਬ ਦੇ ਲੋਕ ਤਾਂ ਜਵਾਬ ਮੰਗਣਗੇ ਨਾ ਬਿੰਦੂ ਜੀ, ਉਹਨਾਂ ਦਾ ਜਵਾਬ ਚਾਹੀਦਾ ਵੀ ਜੇਲ੍ਹਾਂ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਕਿਉਂ ਹੋ ਰਿਹਾ। ਬਿੰਦੂ ਜੀ, ਜੇ ਅਗਰ ਦੌਰਾ ਹੀ ਨਹੀਂ ਕਰਨਗੇ ਉੱਥੇ ਦਾ, ਇਸਦਾ ਮਤਲਬ ਇਹ ਕਿ ਮਤਲਬ ਮੰਤਰੀ ਸਾਹਿਬ ਨੂੰ ਕੋਈ ਦੌਰਾ ਕਰਨਾ ਹੀ ਨਹੀਂ ਚਾਹੀਦਾ? ਨਹੀਂ ਮੈਡਮ, ਦੌਰੇ ਕਰਨ ਪਰ ਦੌਰਿਆਂ ਦੀ ਕੋਈ ਓਵਰਕਮ ਤੇ ਆਊਟਕਮ ਤਾਂ ਨਿਕਲੇ ਕੁਛ ਤਾਂ ਨਿਕਲੇ। ਦੌਰੇ ਕਰਨ ਤੋਂ ਕੌਣ ਰੋਕ ਰਿਹਾ? ਦੌਰੇ ਨਹੀਂ ਕਰਨਗੇ ਤਾਂ ਘਰੇ ਥੋੜਾ ਬੈਠਣਗੇ,
ਜੇ ਉਹਨਾਂ ਦੇ ਦੌਰਿਆਂ ਦਾ ਕੋਈ ਫਾਇਦਾ ਹੀ ਨਹੀਂ, ਕੋਈ ਨਤੀਜਾ ਤਾਂ ਨਿਕਲੇ ਅੱਜ ਤੱਕ 2.5 ਸਾਲਾਂ ਦੇ ਵਿੱਚ, ਤੁਸੀਂ ਇਹ ਦੱਸ ਦਿਓ ਕਿ ਦੌਰਿਆਂ ਤੋਂ ਇਲਾਵਾ ਜੇ ਦੌਰੇ ਕੀਤੇ ਵੀ ਜਾ ਰਹੇ ਨੇ ਤਾਂ ਕਿੰਨੀਆਂ ਕੁ ਘਟਨਾਵਾਂ ਜਿਹੜੀਆਂ ਘਟੀਆਂ ਨੇ, ਇਸ ਚੀਜ਼ ਦਾ ਹੀ ਦੱਸ ਦਿਓ। ਹਰ ਰੋਜ਼ ਤਾਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਬਿਲਕੁਲ ਘਟਨਾਵਾਂ, ਤੁਸੀਂ ਪਿਛਲਾ 10 ਸਾਲ ਦਾ ਡਾਟਾ ਕੱਢ ਲਓ ਤਾਂ ਹੁਣ 2 ਸਾਲ ਦਾ ਡਾਟਾ ਕੱਢ ਲਓ। ਫਿਰ ਉਹੀ ਗੱਲ, ਪਿਛਲੇ 10 ਸਾਲ ਕੀ ਹੋਇਆ, ਤੁਸੀਂ ਮੌਜੂਦਾ ਦੀ ਗੱਲ ਕਰੋ ਨਾ। 2 ਸਾਲ ਘਟਨਾ ਬੰਦ ਕਰ ਦੋ, 2.5 ਸਾਲ ਦਾ ਡਾਟਾ ਦੋ। ਮੈਂ ਮੌਜੂਦਾ ਹੀ 2.5 ਸਾਲ ਦਾ ਹੀ ਆ ਰਹੀ ਆ ਕਿ ਪਿਛਲੇ 10 ਸਾਲ ਦੇ ਮੁਤਾਬਿਕ ਇਹਨਾਂ 2 ਸਾਲਾਂ ਦੇ ਵਿੱਚ ਬਹੁਤ ਕਮੀ ਆਈ ਹੈ ਕਿਸੇ ਵੀ ਘਟਨਾ ਦੀ। ਇੱਕੋ ਇੱਕ ਜੇਲ੍ਹ ਬ੍ਰੇਕ ਹੋਇਆ ਸੀਗਾ 90 ਦਾ, 10 ਸਾਲਾਂ ਇੱਕੋ ਹੀ ਇੱਕ ਚੀਜ਼ ਹੋਈ ਸੀਗੀ, ਇੱਥੇ ਰੋਜ਼ ਹੋ ਰਿਹਾ ਹੁਣ। 10 ਸਾਲਾਂ ਇੱਕੋ ਕਾਂਡ ਹੋਇਆ ਸੀਗਾ ਔਰ ਵੀ ਸਾਰੇ ਫੜ ਲਏ ਗਏ ਸੀਗੇ, ਹੁਣ ਤਾਂ ਰੋਜ਼ ਹੋ ਰਿਹਾ, ਹੁਣ ਤਾਂ ਕਤਲੇਆਮ ਹੋ ਰਿਹਾ ਜ਼ਿਲ੍ਹੇ 'ਚ। ਮੈਡਮ ਇਹ ਇੱਕ ਪਬਲਿਕ ਇਸ਼ੂ ਹੈਗਾ, ਮੈਡਮ ਇਹ ਪਬਲਿਕ ਇਸ਼ੂ ਹੈਗਾ ਔਰ ਇਟਸ ਨੋਟ ਰਿਲੇਟਡ ਟੂ ਪੋਲੀਟਿਕਸ। ਠੀਕ ਹੈ, ਪੋਲੀਟਿਕਸ ਹਰੇਕ ਚੀਜ਼ ਦੇ ਵਿੱਚ ਆਪਾਂ ਕਰ ਦਿੰਦੇ ਹਾਂ ਕਿ ਪਿਛਲੇ 10 ਸਾਲਾਂ ਦੇ ਵਿੱਚ ਆਹ ਹੋਇਆ, ਪਿਛਲੀ ਸਰਕਾਰ ਸਾਡੇ ਵਾਸਤੇ ਆਹ ਕਰਕੇ ਗਈ, ਪਿਛਲੀ ਸਰਕਾਰ ਦੇ ਦੌਰਾਨ ਇਹ ਕੁਛ ਹੋਇਆ, ਆਪਾਂ ਉਸ ਚੀਜ਼ ਨੂੰ ਛੱਡ ਦਈਏ, ਆਪਾਂ ਇਹ ਵੇਖੀਏ ਕਿ ਇਸ ਚੀਜ਼ ਨੂੰ ਕਿਵੇਂ ਸੁਧਾਰਿਆ ਜਾ ਸਕਦਾ। ਤੁਸੀਂ ਕਹਿ ਰਹੇ ਹੋ ਦੌਰੇ ਹੋ ਰਹੇ ਨੇ, ਦੌਰਿਆਂ ਦਾ ਕੀ ਆਊਟਕਮ ਕੀ ਨਿਕਲ ਰਿਹਾ, ਕੀ ਨਤੀਜੇ ਨਿਕਲ ਰਹੇ ਨੇ? ਸਰਕਾਰ ਜਿਹੜੀ ਹੈ, ਸਰਕਾਰ ਪੂਰੀ ਤਰ੍ਹਾਂ ਸੀਰੀਅਸ ਹੈ ਔਰ ਉਹਦੇ ਉੱਪਰ ਪੂਰੀ ਤਰ੍ਹਾਂ ਦੇ ਉੱਤੇ ਨੱਥ ਪਾਣ ਵਾਸਤੇ ਪੂਰੀ ਵਾਲੀ ਸਾਹਿਬ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਸੀਰੀਅਸ ਹੈ। ਇਹੀ ਰਿਡਿਆ ਰਿਡਾਇਆ ਜਵਾਬ ਮਿਲ ਰਿਹਾ ਹੈ ਕਿ ਸਰਕਾਰ ਵੱਲੋਂ, ਮੰਤਰੀ ਸਾਹਿਬ ਵੱਲੋਂ ਦੌਰੇ ਕੀਤੇ ਜਾ ਰਹੇ ਨੇ। ਹੋਰ ਕੋਈ ਮੈਨੂੰ ਵਾਸੂ ਜੀ ਕੀ ਕੱਲ ਦੇ ਇਸ ਮਾਮਲੇ 'ਚ, ਵਾਸੂ ਜੀ ਕੱਲ ਦੇ ਇਸ ਪਟਿਆਲੇ ਵਾਲੇ ਜੇਲ੍ਹ ਦੇ ਮਾਮਲੇ 'ਚ ਕੀ ਕਿਸੇ ਨੂੰ ਸਸਪੈਂਡ ਕੀਤਾ ਗਿਆ, ਕੀ ਉੱਥੋਂ ਦਾ ਜੇਲਰ ਬਦਲਿਆ ਗਿਆ, ਕੀ ਉੱਥੇ ਕੋਈ ਕਾਰਵਾਈ ਹੋਈ? ਮੰਤਰੀ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ। ਬਿਲਕੁਲ, ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਵਾਲੀਆ ਸਾਹਿਬ, ਚੱਲ ਰਿਹਾ ਉੱਥੇ। ਬਿਲਕੁਲ ਪੁਲਿਸ ਸਾਹਿਬ ਇਸ ਦਾ ਵੀ ਮੈਂ ਜਵਾਬ ਲੈਣਾ ਵਾਲੀਆ ਸਾਹਿਬ। ਸਰਕਾਰ ਗੰਭੀਰ ਹੈ, ਪ੍ਰਸ਼ਾਸਨ ਗੰਭੀਰ ਹੈ, ਜੇਲ੍ਹ ਮਹਿਕਮਾ ਗੰਭੀਰ ਹੈ, ਰਟਿਆ ਰਟਾਇਆ ਜਵਾਬ ਹੈ, ਹੋਰ ਕੁਛ ਨਹੀਂ ਹੈਗਾ। ਬਾਪੂ ਜੀ, ਸਭ ਤੋਂ ਪਹਿਲਾਂ ਗੱਲ ਤਾਂ ਇਹ ਹੈਗਾ, 2017 ਦੀ ਇੱਕ ਰਿਪੋਰਟ 'ਚ ਸਰਕਾਰ ਨੇ ਖੁਦ ਐਡਮਿਟ ਕੀਤਾ ਕਿ 50% ਜੇਲ੍ਹ ਸਟਾਫ ਜਿਹੜਾ ਘੱਟ ਹੈ, ਮਤਲਬ ਜਿੱਥੇ 100 ਬੰਦੇ ਚਾਹੀਦੇ ਨੇ ਜੇਲ੍ਹਾਂ ਵਾਸਤੇ ਉੱਥੇ ਸਿਰਫ 50 ਬੰਦੇ ਨੇ, 50% ਪਹਿਲਾਂ ਹੀ ਜੇਲ੍ਹ ਸਟਾਫ ਨਹੀਂ ਹੈ। ਦੂਜਾ ਗੱਲ ਇਹ ਹੈ ਕਿ ਇਕੱਲਾ ਪੰਜਾਬ ਨਹੀਂ, ਆਲ ਓਵਰ ਇੰਡੀਆ ਸੁਪਰੀਮ ਕੋਰਟ ਨੇ ਇੱਕ ਓਬਜ਼ਰਵੇਸ਼ਨ ਕੀਤੀ ਹੈ ਕਿ ਆਲ ਓਵਰ ਇੰਡੀਆ ਜਿਹੜਾ ਓਵਰ ਕਰਾਊਡਿਡ ਨੇ ਜੇਲ੍ਹ, ਚਾਹੇ ਉਹ ਤਿਹਾੜ ਜੇਲ੍ਹ ਜਿਹੜਾ ਕੰਟਰੀ ਦਾ ਸਭ ਤੋਂ ਹਾਈ ਪ੍ਰੋਫਾਈਲ ਜੇਲ੍ਹ ਦਿੱਲੀ ਦਾ ਹੈਗਾ, ਉਹ ਚਾਹੇ ਉਹ ਜੇਲ੍ਹ ਹੋਵੇ, ਉਹਨਾਂ ਉਹ ਵੀ ਜਿਹੜੇ ਹੈਗੇ ਨੇ ਸਾਰੇ ਓਵਰ ਕਰਾਊਡਿਡ ਨੇ। ਇੱਥੇ ਸਾਡੇ ਜੇਲ੍ਹਾਂ 'ਚ 1500 ਕੈਦੀਆਂ ਦੀ ਲੋੜ ਹੁੰਦੀ ਹੈ, ਮਤਲਬ ਜੋ ਰਿਕੁਆਇਰਮੈਂਟ ਹੈਗੀ ਹੈ ਜਿਹੜੀ, ਪਰ ਇੱਥੇ ਓਵਰ ਕਰਾਊਡ ਡਬਲ ਨੇ, 3,000-3,000, 4,000, 5,000 ਕੈਦੀ ਨੇ। ਸੋ ਗੱਲ ਉਹੀ ਆ ਜਾਂਦੀ ਹੈ, ਜੇਲ੍ਹ ਸਟਾਫ 50% ਘੱਟ ਹੈ ਅਤੇ ਕੈਦੀ ਜਿਹੜੇ ਤਕਰੀਬਨ 2 ਗੁਣਾ ਜ਼ਿਆਦਾ ਨੇ, ਅਤੇ ਉਹ ਕੰਟਰੋਲ ਕਿਵੇਂ ਹੋਣਗੇ? ਜਾਂ ਤਾਂ ਨਵੀਂ ਜੇਲ੍ਹਾਂ ਦੀ ਹੋਰ ਨਵੀਂ ਜੇਲ੍ਹਾਂ ਬਣਾਈਆਂ ਜਾਣ, ਜਾਂ ਜੇਲ੍ਹਾਂ ਐਕਸਟੈਂਡ ਕਰੀਆਂ ਜਾਣ, ਅਤੇ ਹੋਰ ਨਹੀਂ ਕੁਛ, ਘੱਟੋ ਘੱਟ ਸਟਾਫ ਵਧਾਇਆ ਜਾਵੇ, ਸਟਾਫ ਟ੍ਰੇਨਡ ਸਟਾਫ ਹੋਵੇ, ਸਟਾਫ ਵਧਾਇਆ ਜਾਵੇ। ਦੂਜੀ ਗੱਲ ਇੱਕ ਹੋਰ ਵਾਸੂ ਜੀ, ਜਿਵੇਂ DSP ਸਾਹਿਬ ਨੇ ਕਿਹਾ ਕਿ ਜੇਲ੍ਹਾਂ 'ਚ ਜਿਹੜੇ ਹਾਈ ਪ੍ਰੋਫਾਈਲ ਕ੍ਰਿਮੀਨਲਸ ਨੇ ਉਹਨਾਂ ਦੀ ਰੋਟੇਸ਼ਨ ਕੀਤੀ ਜਾਵੇ, ਕਿਉਂਕਿ 2018 ਦੀ ਇੱਕ ਰਿਪੋਰਟ 'ਚ ਇਹ ਵੀ ਹੈ ਕਿ ਜਿਹੜੇ ਹਾਈ ਪ੍ਰੋਫਾਈਲ ਕ੍ਰਿਮੀਨਲ ਗੈਂਗਸਟਰ ਹੈਗੇ ਨੇ ਜੇਲ੍ਹਾਂ 'ਚ ਬੈਠੇ, ਉਹ ਭਰਤੀ ਜਿਹੜੀ ਹੈ ਆਪਣੇ ਨਾਲ ਗੁਰਗਿਆਂ ਦੀ ਭਰਤੀ ਜਿਹੜੀ ਹੈ ਬਾਹਰ ਨਾਲੋਂ ਜ਼ਿਆਦਾ ਜੇਲ੍ਹਾਂ 'ਚ ਕਰ ਰਹੇ ਹੈ, ਲੋਕਾਂ ਨੂੰ ਆਪਣੇ ਨਾਲ ਜੋੜ ਕੇ ਲਾਲਚ ਦੇ ਕੇ, ਉੱਥੇ ਰਿਕਰੂਟਮੈਂਟ ਜ਼ਿਆਦਾ ਹੁੰਦੀ ਹੈ, ਉਹ ਕੈਦੀ ਛੁੱਟ ਕੇ ਬਾਹਰ ਆਉਂਦੇ, ਬਾਹਰ ਆ ਕੇ ਫਿਰ ਉਹ ਗੈਂਗਸਟਰ ਜਿਹੜੇ ਗੈਂਗਸ ਹੈ ਉਹਨਾਂ ਨੂੰ ਮੂਵ ਕਰਦੇ ਨੇ। ਸੋ ਜੇ ਰੋਟੇਸ਼ਨਾਂ ਹੋਣਗੀਆਂ ਘੱਟ ਤੋਂ ਘੱਟ ਉਹ ਭਰਤੀਆਂ ਬੰਦ ਹੋ ਜਾਣਗੀਆਂ। ਦੂਜੀ ਗੱਲ, ਜਾਮਰਸ ਜਿਹੜੇ ਹੈਗੇ ਆ ਲੇਟੈਸਟ ਟੈਕਨੋਲੋਜੀ, ਜੇ ਜਾਮਰ ਵੀ ਲੱਗੇ ਹੋਣਗੇ, ਚਾਹੇ ਕੋਈ ਜੇਲ੍ਹ ਸਟਾਫ ਅੰਦਰ ਮੋਬਾਈਲ ਪਹੁੰਚਾ ਵੀ ਦਿੰਦਾ ਹੈ ਤਾਂ ਘੱਟ ਘੱਟ ਮੋਬਾਈਲ ਕੰਮ ਨਹੀਂ ਕਰੇਗਾ, ਫੇਸਬੁੱਕ 'ਤੇ ਲਾਈਵ ਨਹੀਂ ਹੋਣਗੇ ਕੋਈ ਵੀ। ਫੇਸਬੁੱਕ 'ਤੇ ਤੁਸੀਂ ਦੇਖਿਆ ਪਿੱਛੇ ਬਰਥਡੇ ਲੋਕ ਮਨਾ ਰਹੇ ਹੈ ਜੇਲ੍ਹ ਦੇ ਅੰਦਰ ਬੈਠ ਕਰ, ਫੇਸਬੁੱਕ 'ਤੇ ਲਾਈਵ ਹੋ ਰਹੇ ਹੈ।
ਸੋ ਇਹ ਚੀਜ਼ਾਂ ਰੁਕਣਗੀਆਂ। ਸੀਸੀਟੀਵੀ ਕੈਮਰਾ, ਐਕਸਰੇ ਮਸ਼ੀਨਸ, ਮੈਟਲ ਡਿਟੈਕਟਰ ਦਾ ਕੀ ਕੰਮ ਹੈ? ਹਥਿਆਰ ਤੱਕ ਤੁਸੀਂ ਪਿੱਛੇ ਦੇਖਣ, ਖਬਰ ਆਈ 2-3 ਮਹੀਨੇ ਪਹਿਲਾਂ ਦੀ ਗੱਲ ਹੈ, ਬਕਾਇਦਾ ਗੋਲੀਆਂ ਚੱਲੀਆਂ ਜੇਲ੍ਹ 'ਚ, ਦੋ ਗੈਂਗਵਾਰ ਹੋਈ ਜੇਲ੍ਹ 'ਚ, ਔਰ ਆਪਸ 'ਚ ਇੱਕ ਦੂਜੇ ਗੋਲੀਆਂ ਚੱਲੀਆਂ, ਇੱਕ ਬੰਦਾ ਮਰ ਗਿਆ। ਸੋ ਬੰਦੂਕ ਕਿਵੇਂ ਪਹੁੰਚ ਗਈ? ਜਿਹੜੇ ਜੇਲ੍ਹ 'ਚ ਸਿਰਫ ਡੰਡਾ ਜਾ ਸਕਦਾ ਹੈ, ਉਸ 'ਚ ਗੈਂਗਸਟਰ ਕੋਲ ਬੰਦੂਕਾਂ ਕਿਵੇਂ ਪਹੁੰਚ ਗਈਆਂ? ਸੋ ਇਹ ਸਾਰਾ ਚਿੰਤਾ ਦਾ ਵਿਸ਼ਾ ਹੈ, ਸਰਕਾਰ ਨੂੰ ਇਸ 'ਤੇ ਗੰਭੀਰ ਹੋਣਾ ਪਏਗਾ, ਗੰਭੀਰ ਹੋ ਕੇ ਇਹਦਾ ਸੋਲਿਊਸ਼ਨ ਕੱਢਣਾ ਪਏਗਾ। ਇਹ ਹੋਰ ਮੁੱਦਿਆਂ ਵਾਂਗੂ ਕਿ ਸਰਕਾਰ ਕਰ ਰਹੀ ਹੈ, ਸਰਕਾਰ ਕਰੇਗੀ, ਸਰਕਾਰ ਰੇਡ ਕਰ ਰਹੀ ਹੈ, ਸਰਕਾਰ ਵਿਜ਼ਿਟ ਕਰ ਰਹੀ ਹੈ, ਉਹ ਕੰਮ ਕਹਿ ਕੇ ਨਹੀਂ ਚੱਲਣਾ। ਹਮੇਸ਼ਾ ਇਸ ਚੀਜ਼ ਨੂੰ ਗੰਭੀਰਤਾ ਨਾਲ ਲੈਣਾ ਪਏਗਾ, ਗੰਭੀਰਤਾ ਨਾਲ ਲੈ ਕੇ ਅੱਗੇ ਚੱਲਣਾ ਪਏਗਾ, ਸੋਚਣਾ ਪਏਗਾ ਕਿ ਉੱਥੇ ਕ੍ਰਿਮੀਨਲ ਜਿਹੜੇ ਹੈਗੇ, ਸਾਡਾ ਕੰਮ ਹੈ ਉਹਨਾਂ ਨੂੰ ਸੁਧਾਰਨਾ। ਜਬਰਦਸਤੀ ਪਰਚੇ ਦਰਜ ਕਰਕੇ ਜੇਲ੍ਹਾਂ ਦਿੱਤਾ ਹੋਇਆ, ਬਿਲਕੁਲ ਸੁਧਾਰ ਸਕਦੇ ਹੈ, ਉਹਨਾਂ ਨੂੰ ਲੋੜ ਹੈਗੀ ਹੈ ਡੀ ਐਡਿਕਸ਼ਨ ਸੈਂਟਰ ਦੀ, ਨਾ ਕਿ ਜੇਲ੍ਹਾਂ ਦੀ, ਸੁਧਾਰ ਸਕਦੇ, ਬਾਹਰ ਆ ਕੇ ਉਹ ਨਸ਼ਾ ਛੱਡ ਵੀ ਦੇਣਗੇ, ਪਰ ਉਹਨਾਂ ਨੂੰ ਤੁਸੀਂ ਕ੍ਰਿਮੀਨਲ ਬਣਨ ਦੇ ਮਜਬੂਰ ਕਰ ਰਹੇ ਹੈ, ਕਿਉਂਕਿ ਜੇਲ੍ਹਾਂ ਦਾ ਮਾਹੌਲ ਇੱਦਾਂ ਦਾ ਬਣਿਆ ਹੋਇਆ, ਉਹਨਾਂ ਨੂੰ ਜੇਲ੍ਹਾਂ ਦੀ ਸੁਰੱਖਿਆ ਪ੍ਰੋਵਾਈਡ ਕਰ ਰਹੇ ਹੋ ਤਾਂ ਕਿ ਉਹਨਾਂ ਨੂੰ ਕੰਟੀਨਿਊਟੀ ਬਣੀ ਰਹੇ, ਔਰ ਉਹ ਕੱਲ ਨੂੰ ਬੜੇ ਬੜੇ ਗੈਂਗਸਟਰ ਜਾਂ ਕ੍ਰਿਮੀਨਲ ਕ੍ਰਿਮੀਨਲ ਬਣ। ਲੇਕਿਨ ਮੈਡਮ ਇਹ ਸਿਰਫ ਸੁਜੈਸ਼ਨਸ, ਇਹ ਨਹੀਂ ਹੈਗੀਆਂ ਕਿ ਤੁਹਾਨੂੰ ਸਾਰੇ ਘਰ ਕੋਈ ਸੁਜੈਸ਼ਨ ਹੀ ਦੇਣ ਦੀ ਦਿੱਤਾ ਜਾਵੇ, ਇੰਪਲੀਮੈਂਟ ਕਦੋਂ ਕੀਤਾ ਜਾਵੇਗਾ? ਪਿਛਲੇ 2.5 ਸਾਲਾਂ ਤੋਂ ਅਸੀਂ ਇਹੀ ਸੁਣਦੇ ਆ ਰਹੇ ਹਾਂ ਕਿ ਜੈਮਰ ਲਗਾਏ ਜਾ ਰਹੇ ਨੇ, ਸੀਸੀਟੀਵੀ ਲਗਾਏ ਜਾ ਰਹੇ ਨੇ, ਮੈਟਲ ਡਿਟੈਕਟਰ ਲਗਾਏ ਜਾ ਰਹੇ ਨੇ, ਪਰ ਹਥਿਆਰ ਕਿਵੇਂ ਪਹੁੰਚ ਰਹੇ ਨੇ, ਮੋਬਾਈਲਸ ਕਿਵੇਂ ਪਹੁੰਚ ਰਹੇ ਨੇ ਅੰਦਰ, ਔਰ ਮੋਬਾਈਲਸ 'ਤੇ ਜਿਹੜੇ ਗੈਂਗਸਟਰਸ ਹੈਗੇ ਨੇ ਉਹ ਲਗਾਤਾਰ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੇ ਕਾਰੋਬਾਰ ਚਲਾ ਰਹੇ ਨੇ, ਉਸ ਚੀਜ਼ 'ਤੇ ਤਾਂ ਅੱਜ ਤੱਕ ਠੱਲ ਨਹੀਂ ਪੈ ਸਕੀ। ਲਗਾਤਾਰ ਬਸ ਅਸੀਂ ਇਹੀ ਸੁਣਦੇ ਆ ਰਹੇ ਹਾਂ ਕਿ ਆਹ ਕੀਤਾ ਜਾ ਰਿਹਾ, ਉਹ ਕੀਤਾ ਜਾ ਰਿਹਾ। ਤੁਸੀਂ ਅੱਜ ਦਾ ਪੇਪਰ ਪੜ੍ਹੋ, ਦੋ ਜਿਹੜੇ ਜੇਲ੍ਹ ਦੇ ਗਾਰਡਸ ਜਿਹੜੇ ਹੈਗੇ ਆ, ਸੁਖਜਿੰਦਰ ਸਿੰਘ ਰੰਧਾਵਾ ਜੀ ਨੇ ਕੱਲ੍ਹ ਉਹਨਾਂ ਨੂੰ ਨਾਲ ਦੀ ਨਾਲ ਹੀ ਸਸਪੈਂਡ ਕਰ ਦਿੱਤਾ ਕਿ ਮੋਬਾਈਲ ਫੋਨਸ ਅੰਦਰ ਲੈ ਜਾਣ ਦੇ ਕਰਕੇ, ਕਿ ਉਹਨਾਂ ਦੇ ਥਰੂ ਗਏ ਮੋਬਾਈਲ ਫੋਨਸ ਅੰਦਰ। ਸੋ ਉਹਨਾਂ ਨੇ ਉਹਨਾਂ ਜਿਹੜੇ ਨਾਲ ਹੀ ਕੱਲ੍ਹ ਸਸਪੈਂਡ ਕੀਤਾ, ਬਿਲਕੁਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਬੰਦਿਆਂ ਨੂੰ, ਬਸ ਜੀ ਆਵਾਜ਼ ਨਹੀਂ ਆ ਰਹੀ, ਇਸੇ ਕਰਕੇ ਸਸਪੈਂਡ ਕੀਤਾ ਗਿਆ ਨਾ, ਕਿ ਜੀ ਉਹਨਾਂ ਦੀ ਨੈਗਲੀਜੈਂਸ ਕਰਕੇ ਹੀ ਸਸਪੈਂਡ, ਜਿਹੜਾ ਜੇਲਰ ਹੈ, ਜੇਲ ਸੁਪਰਡੈਂਟ ਜਿਹੜਾ ਹੈਗਾ ਉਹ ਰਿਸਪੌਂਸੀਬਲ ਹੈ, ਕਿਉਂ ਇੱਕ ਛੋਟੇ ਬੰਦੇ ਨੂੰ ਵੀ ਸਸਪੈਂਡ ਕਰਦੇ ਹੋ? ਇਨਵੋਲਵਡ ਤਾਂ ਵੱਡੇ ਬੰਦਿਆਂ ਦੀ ਹੈ। ਨਹੀਂ ਪਰ ਜਿਨ੍ਹਾਂ ਦੇ ਕੋਲੋਂ ਪਕੜੇ ਗਏ ਨਾ, ਜਿਨ੍ਹਾਂ ਦੇ ਕੋਲੋਂ ਪਕੜੇ ਗਏ ਹੈ ਮੋਬਾਈਲ, ਜਿਨ੍ਹਾਂ ਨੇ ਅੰਦਰ ਪਹੁੰਚਾਇਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਠੀਕ ਹੈ, ਉਹ ਬਹੁਤ ਅੱਛੀ ਗੱਲ ਹੈ, ਵਾਸੂ ਜੀ ਸਾਰੀ ਕਾਰਵਾਈ ਚੱਲ ਰਹੀ ਹੈ, ਇੱਕ ਮਿੰਟ, ਜੇ ਤਾਂ ਕੰਟਰੋਲਰ ਸਾਹਿਬ ਇਹ ਕਹਿ ਰਹੇ ਨੇ, ਅੱਛੀ ਗੱਲ ਹੈ, ਅੱਛੀ ਗੱਲ ਹੈ ਕਿ ਜੇਕਰ ਕਾਰਵਾਈ ਕੀਤੀ ਹੈ, ਸਸਪੈਂਡ ਕੀਤਾ ਹੈ, ਪਰ ਉੱਪਰਲੀ ਜਿਹੜੀ ਪਲੇਅਰ ਹੈਗੀ ਹੈ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ? ਉਹ ਕਾਰਵਾਈ ਚੱਲ ਰਹੀ ਹੈ ਵਾਸੂ ਜੀ, ਕਾਰਵਾਈ ਚੱਲ ਰਹੀ ਹੈ, ਤੁਹਾਡੇ ਸਾਹਮਣੇ 1-2 ਦਿਨਾਂ 'ਚ ਉਹਦਾ ਵੀ ਰਿਜ਼ਲਟ ਸਾਹਮਣੇ ਆ ਜਾਏਗਾ, ਉਹਦੀ ਵੀ ਜਵਾਬਦੇਹੀ ਉਹਨਾਂ ਕੋਲੋਂ ਲਈ ਜਾ ਰਹੀ ਹੈ। ਮੈਡਮ ਚਲੋ ਠੀਕ ਹੈ, ਜਗਵੀਰ ਜੀ ਦੇਖੋ ਐਸਾ ਹੈ ਕਿ ਦੋ ਗਾਰਡਸ ਕੋ ਸਸਪੈਂਡ ਕਰਨੇ ਸੇ ਪਰਪਜ਼ ਬਿਲਕੁਲ ਸਰਵ ਨਹੀਂ ਹੋਤਾ, ਹਰ ਜੇਲ੍ਹ ਮੈਂ ਕੋਈ ਵੀ ਜੇਲ੍ਹ ਹੈ ਛੋਟੀ ਆ ਬੜੀ, ਉਸਕੇ ਅੰਦਰ 3-tier ਸਿਕਿਉਰਿਟੀ ਹੋਤੀ ਹੈ, 3-tier ਸਿਕਿਉਰਿਟੀ, ਆਪ ਅੰਡਰਸਟੈਂਡ ਕਰ ਲਓ, ਜਿਹੜਾ 3-tier ਸਿਕਿਉਰਿਟੀ ਹੋਤੀ ਹੈ, ਪਹਿਲਾ ਕੋਡਨ ਹੋਤਾ ਹੈ ਪੈਰਾਮਿਲਟਰੀ ਫੋਰਸਿਸ ਕਾ, ਜੋ ਕਿ ਜੇਲ੍ਹ ਕੋ ਆਊਟਰ ਪ੍ਰੋਟੈਕਸ਼ਨ ਦੇਤੀ ਹੈ ਜੇਲ੍ਹ ਬ੍ਰੇਕ ਸੇ ਬਚਾਨੇ ਕੇ ਲੀਏ, ਯੇ ਪਹਿਲਾ ਪਾਰਟ ਹੈ। ਦੂਸਰਾ ਪਾਰਟ ਹੈ ਕਿ ਜਬ ਉਹ ਰਜਿਸਟਰੀ ਮੈਂ ਐਂਟਰੀ ਕਰੇਗਾ, ਅੰਦਰ ਜਾਏਗਾ, ਜੇਲ੍ਹ ਉਸਕੋ ਭੇਜੇਂਗੇ, ਤੋ ਵਹਾਂ ਪੇ ਕਾਮਨ ਏਰੀਆ ਮੈਂ ਲੈ ਕਰਕੇ ਉਸਕੀ ਸਾਰੀ ਕੀ ਤਲਾਸ਼ੀ ਦੀ ਜਾਤੀ ਹੈ। ਦੂਸਰਾ ਪਾਰਟ ਵੋ ਹੋਗਾ ਜੋ ਬੰਦਾ ਉਨਕੋ ਜੇਲ੍ਹ ਮੈਂ ਐਂਟਰ ਕਰਾਏਗਾ ਔਰ ਉਸਕੀ ਸਰਚ ਕਰੇਗਾ। ਤੀਸਰਾ ਵੋ ਇੱਕ ਕਾਮਨ ਏਰੀਆ ਹੈ ਜਹਾਂ ਪੇ ਉਨਕੋ ਰੋਕਾ ਜਾਤਾ ਹੈ, ਉਸਕੇ ਬਾਅਦ ਮੇਨ ਜੇਲ੍ਹ ਮੈਂ ਜਾਏਗਾ, ਉਹ ਤੀਸਰੀ ਚੈਕਿੰਗ ਹੈ, ਔਰ ਚੌਥਾ ਜੋ ਉਸ ਜੇਲ੍ਹ ਮੈਂ ਜਿਸ ਸੈਲ ਉਸਕੋ ਅਲਾਊਡ ਹੋਇਆ, ਜੋ ਬੈਰਗ ਉਸਕੋ ਮਿਲੀ ਹੈ, ਚੌਥਾ ਉਸਕੇ ਅੰਦਰ ਉਸਕਾ ਵਾਰਡਰ ਹੋਗਾ। ਤੋ ਯੇ ਮੈਂ ਇਸ ਬਾਤ ਕੋ ਕੈਸੇ ਸਮਝ ਲੂੰ ਮੈਂ
कि भी वो बंदा अगर ऊपर वाले की किसी की इसके अंदर इन्वॉल्वमेंट नहीं है तो एक बॉर्डर ने एक फॉर्म दे भी दिया तो आगे पकड़ा नहीं जाएगा, ये कैसे हो सकता है? किसी ना किसी के ऊपर से उसकी कमांड रही होगी तब वो ऐसा हो सकता है कि अभी वो फॉर्म अंदर चला जाए, क्योंकि चार डिफरेंट स्टेजेस के अंदर से आदमी को गुजरना होता है, तो चार स्टेज को गुजरने के लिए चारों की कॉमन इंटेंशन भी हो सकती, देयर मस्ट बी सम डायरेक्शन फ्रॉम द सुपीरियर ऑफिसर। राइट पुलर साहब ये यानी कि जी थ्री टेयर जी सिक्योरिटी हैगी है उस दे विच ही पूरा कालामाला हैगा, ਮਤਲਬ ਸ਼ੁਰੂ ਤੋਂ ਲੈ ਕੇ ਥੱਲੋਂ ਲੈ ਕੇ ਉੱਤੇ ਤੱਕ ਹਰੇਕ ਕੋਈ ਹੈ, ਪਰ ਸਿਰਫ ਦੋ ਜਣੇ ਨੂੰ ਸਸਪੈਂਡ ਕਰਨ ਦੇ ਨਾਲ ਕੀ ਹੋ ਜਾਏਗਾ? ਅਗਰ ਬ੍ਰੀਚ ਹੁੰਦੀ ਹੈ ਨਾ, ਮੈਂ ਉਹੀ ਦੱਸ ਰਿਹਾ ਵਾਸੂ ਜੀ, ਜਿਹੜੀ ਜੇਲ੍ਹ ਦੀ ਸਿਕਿਉਰਿਟੀ ਹੈ ਅਗਰ ਉਹ 'ਚ ਬ੍ਰੀਚ ਹੁੰਦੀ ਹੈ ਉਹ ਡਾਇਰੈਕਟਰ ਜਿਹੜਾ ਹੈਗਾ ਜੇਲਰ ਹੈ ਉਹਦੀ ਰਿਸਪੋਂਸੀਬਿਲਟੀ ਫਿਕਸ ਹੁੰਦੀ ਉਹਦੇ 'ਚ, ਕਿਉਂਕਿ ਇੱਕ ਜਿਹੜਾ ਛੋਟਾ ਮੁਲਾਜ਼ਮ ਹੈ ਉਹ ਇਸ ਸਕੇਲ ਉੱਤੇ ਕੰਮ ਨਹੀਂ ਕਰ ਸਕਦਾ। ਜਿਸ ਤਰ੍ਹਾਂ ਡੀ ਐੱਸ ਪੀ ਸਾਹਿਬ ਨੇ ਦੱਸਿਆ ਵੀ ਉੱਥੇ ਅਲੱਗ ਅਲੱਗ ਟਾਇਰਸ ਨੇ, ਇੱਕ ਕਰ ਲਏਗਾ, ਦੂਜਾ ਕਰ ਲਏਗਾ, ਤੀਜਾ ਤਾਂ ਨਹੀਂ ਕਰੇਗਾ, ਚੌਥਾ ਨਹੀਂ ਕਰੇਗਾ। ਜਿੰਨੀ ਦੇਰ ਤੱਕ ਵੱਡੇ ਅਫਸਰ ਨੇ ਉੱਥੇ ਲੱਗੇ ਹੋਏ, ਜਿਹੜਾ ਚੇਅਰ ਸੁਪਰਡੈਂਟ ਹੈ ਜਾਂ ਜਿਹੜਾ ਉੱਥੇ ਡੀ ਐੱਸ ਪੀ ਹੈ ਜਾਂ ਕੋਈ ਜਿਹੜਾ ਇੰਸਪੈਕਟਰ ਲੈਵਲ ਦਾ ਬੰਦਾ ਹੈ, ਜਦੋਂ ਤੱਕ ਉਹ ਲੋਕਾਂ ਦੀ ਇਨਵੋਲਵਮੈਂਟ ਨਹੀਂ ਹੈਗੀ ਉਦੋਂ ਤੱਕ ਇਹ ਕੰਮ ਨਹੀਂ ਹੋ ਸਕਦਾ, ਪੋਸੀਬਲ ਹੀ ਨਹੀਂ ਹੈ। ਜਿਹੜੀਆਂ ਵੱਡੀਆਂ ਮੱਛੀਆਂ ਨੇ, ਜਿਹੜੇ ਵੱਡੇ ਉੱਥੇ ਕਾਲੀਆਂ ਭੇਡਾਂ ਨੇ ਰੱਖੀਆਂ ਹੋਈਆਂ ਨੇ, ਉਹਨਾਂ ਨੂੰ ਇਮੀਡੀਏਟ ਸਸਪੈਂਡ ਕਰਨਾ ਚਾਹੀਦਾ। ਅਗਰ ਰੰਧਾਵਾ ਸਾਹਿਬ ਥੋੜ੍ਹੇ ਸੀਰੀਅਸ ਨੇ, ਉਹਨਾਂ ਨਾਲ ਜਿਹੜੀ ਇਹਨਾਂ ਨੇ ਸਾਂਝ ਰੱਖੀ ਹੋਈ ਆ ਉਹਨਾਂ ਅਫਸਰਾਂ ਦੇ ਨਾਲ, ਉਹਨੂੰ ਤੋੜਨ, ਉਹਨਾਂ ਸਾਂਝ ਰੱਖ ਕੇ ਨਾ ਚੱਲਣ। ਜਿਹੜੀ ਭਾਈਵਾਲੀ ਪਾਲ ਰਹੇ ਨੇ ਉੱਥੇ ਉਹ ਭਾਈਵਾਲੀ ਨੂੰ ਤੋੜਨ, ਔਰ ਮੁੱਖ ਮੰਤਰੀ ਨੂੰ ਸਾਨੂੰ ਪੂਰੀ ਅਸੀਂ ਮੰਗ ਕਰਦੇ ਹਾਂ ਕਿ ਇਸ ਮੰਤਰੀ ਨੂੰ ਤੁਰੰਤ ਜਿਹੜਾ ਬਦਲ ਦੇਣਾ ਚਾਹੀਦਾ ਹੈ, ਬਿਲਕੁਲ ਫੇਲੀਅਰ ਮੰਤਰੀ ਹੈ, ਕਿਸੇ ਵੀ ਇਹ ਗੁਰਦਾਸਪੁਰ ਤੋਂ ਬਾਹਰ ਨਿਕਲਣਾ ਹੀ ਨਹੀਂ ਚਾਹੁੰਦਾ। ਰਾਈਟ, ਕਿਉਂਕਿ ਉੱਥੋਂ ਨਹੀਂ ਨਿਕਲ ਹੁੰਦਾ, ਚਲੋ ਕਦੀ ਬਾਜਵੇ ਨਾਲ ਲੜਾਈ ਹੈ, ਕਦੀ ਮਜੀਠੀਆਂ ਨਾਲ ਲੜਾਈ ਹੈ, ਕਦੀ ਕਿਸੇ ਨਾਲ ਲੜਾਈ ਹੈ। ਰਣਜੀਤ ਸਿੰਘ ਜੀ, ਤੁਸੀਂ ਸੀਨੀਅਰ ਜਰਨਲਿਸਟ ਹੈਗੇ ਹੋ, ਤੁਸੀਂ ਇਸ ਪੂਰੇ ਪ੍ਰੋਗਰਾਮ ਲੇਅਰਸ ਹੋਣ ਦੇ ਬਾਵਜੂਦ ਇਸ ਤਰੀਕੇ ਦੀਆਂ ਵਾਰਦਾਤਾਂ ਸਾਹਮਣੇ ਆਉਣਾ, ਇਸ ਤਰੀਕੇ ਦੇ ਨਾਲ ਮੋਬਾਈਲਸ ਜਾਂ ਹਥਿਆਰ ਜਾਂ ਨਸ਼ਾ ਅੰਦਰ ਪਹੁੰਚਣਾ, ਇਹ ਥੱਲੋਂ ਲੈ ਕੇ ਉੱਤੋਂ ਤੱਕ ਹੀ ਪੂਰੀ ਮਿਲੀ ਭੁਗਤ ਹੈਗੀ ਹੈ, ਦੋ ਜਣਿਆਂ ਨੂੰ ਸਸਪੈਂਡ ਕਰਨ ਦੇ ਨਾਲ ਕੀ ਹੋ ਜਾਏਗਾ? ਉਤਲੀ ਲੇਅਰ ਤਾਂ ਉਵੇਂ ਦੀ ਉਵੇਂ ਸੇਫ ਪਈ ਹੋਈ ਹੈ। ਵਾਸੂ ਜੀ, ਉਹਦੀ ਵੀ ਕਾਰਵਾਈ ਚੱਲ ਰਹੀ ਹੈ, ਤੁਹਾਡੇ ਸਾਹਮਣੇ ਇੱਕ ਦਿਨ ਦੀ ਸਾਰੀ ਕਾਰਵਾਈ ਆ ਜਾਏਗੀ। ਉਹ ਮੈਡਮ ਤੁਹਾਡੇ ਵੱਲੋਂ ਇਹੀ ਬਾਰ-ਬਾਰ ਜਵਾਬ ਆ ਰਿਹਾ, ਕਾਰਵਾਈ ਹੋ ਰਹੀ ਹੈ, ਔਰ ਪਿਛਲੇ 2.5 ਸਾਲਾਂ ਤੋਂ ਇਹੀ ਸੁਣਦੇ ਆ ਰਹੇ। ਜਵਾਬ ਦੇ ਦਿੰਦਾ, ਇਹ ਸਿਰਫ ਅੱਖੀ ਘੱਟਾ ਪਾਇਆ ਜਾ ਰਿਹਾ, ਇਸ ਤੋਂ ਜ਼ਿਆਦਾ ਕੁਛ ਨਹੀਂ ਹੈਗਾ, ਇਹ ਜਨਤਾ ਦੀ ਅੱਖੀ ਘੱਟਾ ਪਾਇਆ ਜਾ ਰਿਹਾ ਸਿਰਫ। ਰਣਜੀਤ ਸਿੰਘ ਜੀ, ਮੇਰੀ ਆਵਾਜ਼ ਮਿਲ ਰਹੀ ਹੈ ਤੁਹਾਨੂੰ? ਮੇਰੀ ਆਵਾਜ਼ ਪਹੁੰਚ ਰਹੀ ਹੈ? ਰਣਜੀਤ ਜੀ, ਮੈਂ ਇਹੀ ਸਵਾਲ ਪੁੱਛ ਰਿਹਾ ਸੀਗਾ ਕਿ ਦੋ ਜਣਿਆਂ ਨੂੰ ਸਸਪੈਂਡ ਕਰਨ ਦੇ ਨਾਲ, ਕਿਉਂਕਿ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਨੇ, ਥੱਲੜੇ ਨੂੰ ਸਸਪੈਂਡ ਕਰ ਦਿੱਤਾ ਜਾਂਦਾ, ਉਤਲੀ ਲੇਅਰ ਜਿਹੜੀ ਹੈਗੀ ਆ ਉਹ ਉਵੇਂ ਸੇਫ ਰਹਿੰਦੀ ਹੈ, ਕਿਉਂਕਿ ਪਹਿਲਾ ਮਾਮਲਾ ਤਾਂ ਹੈ ਨਹੀਂ, ਔਰ ਫਿਰ ਉਦੋਂ ਬਾਅਦ ਆਹੀ ਸੁਣਨ ਨੂੰ ਮਿਲਦਾ ਹੈਗਾ ਕਿ ਜੀ ਕਾਰਵਾਈ ਕੀਤੀ ਜਾ ਰਹੀ ਹੈ, ਵੱਡਿਆਂ 'ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ, ਕਿਹੜੇ ਵੱਡਿਆਂ 'ਤੇ ਕਾਰਵਾਈ ਹੁੰਦੀ ਹੈ ਉਹ ਅੱਜ ਤੱਕ ਨਹੀਂ ਨਜ਼ਰ ਆਇਆ? ਵਾਸੂ ਜੀ, ਗੱਲ ਇਹ ਹੈ ਇਹਦੇ 'ਚ, ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਮਿਲੀ ਭੁਗਤ ਮਈ ਮਹੀਨੇ ਦੇ ਵਿੱਚ ਨਾਭਾ ਜੇਲ੍ਹ ਤੋਂ ਹੀ ਇੱਕ ਕੈਦੀ ਨੇ, ਜਿਹੜਾ ਕਿ ਜੇਲ੍ਹ ਬ੍ਰੇਕ ਦੇ ਵਿੱਚ ਗਵਾਹ ਸੀ, ਉਹਨੇ ਚਿੱਠੀ ਜੇਲ੍ਹ ਦੇ ਵਿੱਚੋਂ ਲਿਖੀ ਸੀ ਕਿ ਵੀ ਜੇਲ੍ਹ ਦੇ ਵਿੱਚ ਗਲਤ ਅਨਸਰ ਹੈਗੇ ਨੇ, ਔਰ ਉਹਦੀ ਉਹਨੇ ਮੁੱਖ ਮੰਤਰੀ, ਚੀਫ ਜਸਟਿਸ, ਡੀ ਜੀ ਪੀ ਔਰ ਹੋਰਾਂ ਨੂੰ ਵੀ ਚਿੱਠੀਆਂ ਲਿਖੀਆਂ ਸੀ। ਉਸ ਤੋਂ ਬਾਅਦ ਵੀ ਮੰਤਰੀ ਜੀ ਨੇ ਕੋਈ ਕਾਰਵਾਈ ਨਹੀਂ ਕੀਤੀ, ਕੋਈ ਢੁਕਵਾਂ ਉੱਥੇ ਹੱਲ ਨਹੀਂ ਕੱਢਿਆ ਹੈਗਾ। ਉਸ ਤੋਂ ਬਾਅਦ ਫਿਰ ਉਹ ਜਿਹੜਾ ਕਿ ਕਤਲ ਹੋਇਆ ਹੈਗਾ,
ਸੋ ਇਸ ਕਰਕੇ ਇਹਦੇ 'ਚ ਇਹੀ ਹੈ ਕਿ ਵੀ ਇਹ ਜਿਹੜੇ ਜੇਲ੍ਹ ਸਟਾਫ ਹੈ ਜਾਂ ਦੂਸਰੇ ਉਹਨਾਂ ਦੇ ਪੈਸਕੋ ਦੇ ਬੰਦੇ ਲਗਾ ਰੱਖੇ ਨੇ, ਉਹਨਾਂ ਦੀ ਮਿਲੀ ਭੁਗਤ ਨਾਲ ਹੀ ਸਾਰਾ ਕੁਛ ਹੋ ਰਿਹਾ ਹੈਗਾ। ਜਿਵੇਂ ਅੱਜ ਤੋਂ 3-4 ਸਾਲ ਪਹਿਲਾਂ ਬਠਿੰਡੇ ਦੇ ਵਿੱਚ ਇੱਕ ਵਾਕਿਆ ਹੋਇਆ ਸੀ ਜਿਹਦੇ ਵਿੱਚ ਪਹਿਲਾਂ ਜਿਨ੍ਹਾਂ ਦੇ ਵਿੱਚ ਆਮ ਘਰ ਤੋਂ ਖਾਣਾ ਜਾਂ ਹੋਰ ਸਮਾਨ ਲਿਜਾਣ ਦੀ ਇਜਾਜ਼ਤ ਸੀ, ਕੋਈ ਉਹ ਖਾਣੇ ਦੇ ਵਿੱਚ ਹੀ ਕੁਛ ਐਸਾ ਲੈ ਗਿਆ ਸੀ ਜਿਸ ਤੋਂ ਬਾਅਦ ਕਿ ਸਰਕਾਰ ਨੇ ਉਹਨੂੰ ਬੰਦ ਕਰ ਦਿੱਤਾ ਸੀ ਔਰ ਜੇਲ੍ਹ ਦੇ ਕੰਟੀਨ ਜਿਹੜੀ ਹੈ ਉਸ ਤੋਂ ਹੀ ਲੈਣ ਨੂੰ ਕਿਹਾ। ਪਰ ਜੇ ਤੁਸੀਂ ਪਤਾ ਕਰੋ ਦੇਖੋ ਕਿ ਜੇਲ੍ਹ ਦੇ ਵਿੱਚ ਜਿਹੜੀ 100 ਰੁਪਏ ਦੀ ਚੀਜ਼ ਆ ਉਹ ਡੂਡੇ ਰੇਟ 'ਤੇ ਮਿਲਦੀ ਹੈ, ਡੇਢ ਗੁਣਾ। ਸੋ ਕਹਿਣ ਦਾ ਮਤਲਬ ਇਹ ਮਿਲੀ ਭੁਗਤੀ ਹੈ ਜੀ, ਉਸ ਕਰਕੇ ਹੀ ਹੋ ਰਿਹਾ। ਇਹਨਾਂ ਨੂੰ ਜੇਲ੍ਹ ਮੰਤਰੀ ਜੀ ਨੂੰ ਇਹਦੇ ਬਾਰੇ ਜ਼ਰੂਰ ਦੇਖਣਾ ਚਾਹੀਦਾ ਕਿ ਜੇਲ੍ਹ ਦੇ ਵਿੱਚ ਇਕੱਲਾ ਵਿਜ਼ਿਟ ਨਾ ਲਈ ਕਿ ਚਲੇ ਗਏ, ਇੱਕ ਮੋਬਾਈਲ ਫੜ ਲਿਆ। ਮੋਬਾਈਲ ਤਾਂ ਉਹਨਾਂ ਨੇ ਆਪਣੇ ਸਟਾਫ ਕੋਲ ਫੜਿਆ, ਜੇਲ੍ਹ ਦੇ ਅੰਦਰ ਜਿਹੜੇ ਕੈਦੀ ਆ ਉਹਨਾਂ ਕੋਲ ਤਾਂ ਗਏ ਨਹੀਂ ਹੈਗੇ, ਉਹਨਾਂ ਕੋਲ ਮੋਬਾਈਲ ਕਿੱਥੇ? ਉਹਨਾਂ ਕੋਲ ਤਾਂ ਮੋਬਾਈਲ ਹੁੰਦੇ, ਕਿੰਨੀ ਵਾਰੀ ਦੇਖਦੇ ਆ ਜਿਵੇਂ ਇਹਨਾਂ ਵਾਲੀ ਜੀ ਨੇ ਕਿਹਾ ਬਰਥਡੇ ਪਾਰਟੀਆਂ ਦਿਖਾਈ ਜਾਂਦੀਆਂ ਨੇ, ਹੋਰ ਧਮਕੀਆਂ ਮਿਲਦੀਆਂ ਨੇ। ਸੋ ਇਹ ਇਹਦੇ 'ਚ ਇਹੀ ਹੈ ਕਿ ਇਹਨਾਂ ਨੂੰ ਅਜਿਹੀਆਂ ਘਟਨਾਵਾਂ ਰੁਕ ਜਾਣ ਜਿਹੜੀ ਅੱਜ ਤੱਕ ਨਜ਼ਰ ਨਹੀਂ ਆਈ ਹੈ ਕਿ ਕਿਸੇ ਸੀਨੀਅਰ ਆਫੀਸ਼ੀਅਲ ਤੇ ਤੁਸੀਂ ਕੋਈ ਕਾਰਵਾਈ ਕੀਤੀ ਹੋਵੇ। ਇੱਕ ਮਿੰਟ ਭੁੱਲਰ ਸਾਹਿਬ, ਮੈਂ ਇਹਦਾ ਜਵਾਬ ਲੈ ਲਾਂ ਫਿਰ ਤੁਹਾਡੇ ਕੋਲ ਆਉਣਾ। ਕਿਸੇ ਸੀਨੀਅਰ ਆਫੀਸ਼ੀਅਲ ਤੇ ਤੁਸੀਂ ਕਾਰਵਾਈ ਕੀਤੀ ਹੋਵੇ ਇਹ ਅੱਜ ਤੱਕ ਨਜ਼ਰ ਨਹੀਂ ਆਇਆ। ਬਿਲਕੁਲ ਵਾਸੂ ਜੀ, ਜਦੋਂ ਵੀ ਕੋਈ ਸਾਹਮਣੇ ਆਏਗਾ ਕਿ ਵੀ ਕੋਈ ਸੀਨੀਅਰ ਆਫੀਸ਼ੀਅਲ ਜਿਹੜਾ ਹੈਗਾ ਉਹਦੀ ਨਿਗਰਾਨੀ ਦੇ ਨੀਚੇ ਜਾਂ ਉਹਦੀਆਂ ਗਾਈਡਲਾਈਨਸ ਦੇ ਵਿੱਚ ਕੁਝ ਗਲਤ ਕੰਮ ਹੋਇਆ ਤਾਂ ਉਹਦੇ ਤੇ ਵੀ ਕਾਰਵਾਈ ਜ਼ਰੂਰ ਹੋਵੇਗੀ। ਮੈਡਮ 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 ਗੱਲ ਫਿਰ ਉੱਥੇ ਆ ਗਈ ਨਾ, ਜੇ 3-tier ਸਿਕਿਉਰਿਟੀ ਹੈ, ਜੇ 3-tier ਸਿਕਿਉਰਿਟੀ ਹੈ ਜੇਲ੍ਹ ਦੇ ਵਿੱਚ ਤਾਂ ਉਹ ਇੱਕ ਜਣੇ ਦੀ ਜਾਂ ਇੱਕ ਜਣੇ ਦੀ ਇਨਵੋਲਵਮੈਂਟ ਦੇ ਨਾਲ ਨਹੀਂ ਹੁੰਦਾ। ਉਹ ਸਾਰੀਆਂ 3-tier ਤੇ ਜਿਹੜੀ ਜਿਹੜੀ ਸਿਕਿਉਰਿਟੀ ਹੈਗੀ ਹੈ ਉਹ ਸਭ ਦੀ ਇਨਵੋਲਵਮੈਂਟ ਦੇ ਨਾਲ ਹੀ ਹੋ ਰਿਹਾ। ਬ੍ਰੀਚ ਹੁੰਦਾ ਹੈ ਤਾਂ ਉਹ ਇੱਕ ਜਣੇ ਦੀ ਨਹੀਂ, ਐਸਾ ਕੁਝ ਨਹੀਂ ਹੈ, ਐਸਾ ਕੁਝ ਨਹੀਂ ਹੈ। ਮੈਡਮ ਕੋਲ ਜਵਾਬ ਨਹੀਂ ਹੈਗਾ, ਨਹੀਂ ਹੈ ਕਿ ਕੋਈ ਸੀਨੀਅਰ ਆਫੀਸਰ, ਤੁਸੀਂ ਦੇ ਲਓ ਜਵਾਬ ਮੇਰੀ ਜਗ੍ਹਾ ਤੇ, ਮੈਨੂੰ ਬੋਲਣ ਦਾ ਦਿਓ। ਪੁੱਲਰ ਸਾਹਿਬ ਇੱਕ ਮਿੰਟ ਜਵਾਬ ਲੈ, ਇੱਕ ਮਿੰਟ ਪੁੱਲਰ ਸਾਹਿਬ, ਮੈਂ ਤੁਹਾਡੇ ਕੋਲ ਹੀ ਆ ਰਿਹਾ। ਫਾਈਨਲ ਕਮੈਂਟ ਮੈਂ ਤੁਹਾਡੇ ਕੋਲ ਹੀ ਲਊਂਗਾ। ਪਹਿਲਾਂ ਸਿਮੀ ਜੀ ਨੂੰ ਜਵਾਬ ਦੇ ਲਾਂਗਾ। ਹਾਂਜੀ ਸਿਮੀ ਜੀ, ਦੇਖੋ ਪੰਜਾਬ ਦੇ ਵਿੱਚ ਇਤਨੇ ਏਰੀਆ ਦੇ ਵਿੱਚ ਕਿਤਨੀਆਂ ਜੇਲ੍ਹਾਂ ਨੇ, ਠੀਕ ਹੈ? ਇੱਕ ਕਾਂਡ ਹੁਣ ਰੋਪੜ ਦੇ ਵਿੱਚ ਹੋਇਆ ਜਾਂ ਇੱਕ ਅੱਧਾ ਕਦੀ ਕੋਈ ਇੱਥੇ ਲੁਧਿਆਣੇ ਹੋਇਆ ਸੀਗਾ। ਅਸੀਂ ਇਸ ਚੀਜ਼ ਨੂੰ ਮੰਨਦੇ ਹੈਗੇ ਆ ਕਿ ਵੀ ਇਹ ਪ੍ਰੋਬਲਮ ਆਈ ਹੈ, ਲੇਕਿਨ ਉਹਦੇ ਉੱਪਰ ਪ੍ਰੋਬਲਮਸ ਨੂੰ ਕੰਟਰੋਲ ਕਰਨ ਵਾਸਤੇ ਪੂਰੀ ਸਰਕਾਰ ਗੰਭੀਰ ਹੈ ਔਰ ਉਹਦੇ ਉੱਪਰ ਕਾਰਵਾਈ ਚੱਲ ਰਹੀ ਹੈ। ਮੈਡਮ ਮੈਂ ਇਹਦੇ ਵਿੱਚ ਐਡ ਕਰਦਾ ਕਿ ਇਹ ਵੱਡੇ ਕਾਂਡ ਸੀ, ਜਿਹੜੇ ਹੋਰ ਦੋਸ਼ੀ ਪਾਏ ਜਾਣਗੇ ਇਹ ਵੱਡੇ ਕਾਂਡ ਸੀ, ਵੱਡੀਆਂ ਜੇਲ੍ਹਾਂ ਸੀ ਤਾਂ ਸਾਹਮਣੇ ਆ ਗਏ। ਛੋਟੀਆਂ ਜੇਲ੍ਹਾਂ ਦੇ ਵਿੱਚ ਹਰ ਰੋਜ਼ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਤਾਂ ਰਿਪੋਰਟਸ ਵੀ ਨਹੀਂ ਆ ਪਾਉਂਦੀਆਂ। ਨਹੀਂ, ਐਸਾ ਕੁਛ ਨਹੀਂ ਹੈ ਕਿ ਤੁਹਾਡੇ ਰਿਪੋਰਟਰਸ ਆਲ ਦਾ ਟਾਈਮ ਜਿੰਨਾ ਨੂੰ ਵਿਜ਼ਿਟ ਕਰਦੇ ਹੈਗੇ ਆ ਸਾਰੀ ਰਿਪੋਰਟ ਤੁਹਾਡੇ ਕੋਲ ਹੁੰਦੀ ਹੈ। ਇਨ ਸ਼ਾਰਟ, ਕਿਉਂਕਿ ਸਮੇਂ ਦੀ ਥੋੜੀ ਘਾਟ ਹੈਗੀ ਹੈ ਪੁੱਲਰ ਸਾਹਿਬ, ਇਨ ਸ਼ਾਰਟ ਤੁਸੀਂ ਵਾਸੂ ਦੀ ਗੱਲ ਸਾਰੀ ਵਾਰ ਆਉਂਦੀ ਹੈ। ਵਾਸੂ ਜੀ, ਮੈਂ ਰਸ਼ ਕਿਤੇ ਸੀ, ਮੈਂ ਹਾਂ ਵਾਸੂ ਜੀ ਚੰਡੀਗੜ੍ਹ ਦੇ ਵਿੱਚ ਜੇਲ੍ਹ ਬ੍ਰੇਕ ਹੋਇਆ ਸੀਗਾ ਔਰ ਉਹਦੇ ਵਿੱਚ ਇੱਕ ਸੁਪਰਡੈਂਟ, 2 ਡਿਪਟੀ ਸੁਪਰਡੈਂਟ ਤੇ 2 ਇੰਸਪੈਕਟਰ ਮਤਲਬ ਜਿਹੜੇ ਸੀਗੇ ਸਸਪੈਂਡ ਡਿਸਮਿਸ ਕੀਤੇ ਗਏ ਸੀਗੇ, ਸਸਪੈਂਡ ਕੀਤੇ ਗਏ ਸੀਗੇ ਔਰ ਮੇਰੇ ਨਾਲ DSP ਸਾਹਿਬ ਬੈਠੇ ਜਿਨ੍ਹਾਂ ਨੇ ਅਰੈਸਟ ਕੀਤੇ ਸੀਗੇ। ਤੁਸੀਂ ਇਹ ਦੇਖੋ ਕਿ ਕਿੰਨਾ ਤਰੀਕੇ ਨਾਲ ਕੰਮ ਕੀਤਾ ਗਿਆ। ਔਰ ਸਿੰਮੀ ਜੀ ਨੂੰ ਮੈਂ ਦੱਸ ਦੇਣਾ ਚਾਹੁੰਦਾ, ਇਕੱਲਾ ਫੋਨ ਨਹੀਂ, ਜੇਲ੍ਹਾਂ ਦੇ ਵਿੱਚ ਸ਼ਰਾਬ ਵੀ ਸਪਲਾਈ ਕੀਤੀ ਜਾ ਰਹੀ ਹੈ, ਜਰਦਾ ਸਪਲਾਈ ਕੀਤਾ ਜਾ ਰਿਹਾ, ਸਿਗਰਟਾਂ ਸਪਲਾਈ ਕੀਤੀਆਂ ਜਾ ਰਹੀਆਂ ਨੇ,
ਹੋਰ ਜਿਹੜੀਆਂ ਵੀ ਖਾਣ ਪੀਣ ਦੀਆਂ ਚੀਜ਼ਾਂ ਨੇ ਸਹੂਲਤਾਂ ਨੇ ਉਹ ਸਾਰੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਇਹਨਾਂ ਜ਼ਿਲ੍ਹਿਆਂ 'ਚ। ਅੱਜ ਇਹ ਹਾਲਾਤ ਨੇ ਡਬਲ ਰੇਟ ਦੇ, ਡਬਲ ਰੇਟ ਦੇ ਉੱਤੇ ਇਹਨਾਂ ਜਿਹੜੇ ਅੰਦਰ ਮੁਲਾਜ਼ਮ ਨੇ, ਜਿਹੜੇ ਸੁਪਰਡੈਂਟ ਨੇ, ਜੇਲ੍ਹ ਸੁਪਰਡੈਂਟ ਨੇ, ਮੈਡਮ ਐਸਾ ਤੁਸੀਂ ਬਾਰ ਬਾਰ ਇਹੀ ਕਹੋਗੇ, ਐਸਾ ਕੁਛ ਨਹੀਂ ਹੈ, ਐਸਾ ਕੁਛ ਨਹੀਂ ਹੈ, ਕਿਉਂਕਿ ਤੁਸੀਂ ਸਰਕਾਰ ਵੱਲੋਂ ਹੈਗੇ ਹੋ, ਲੇਕਿਨ ਅਜਿਹਾ ਹੈ। ਅਜਿਹੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਅਜਿਹੀ ਬਹੁਤ ਸਾਰੀਆਂ ਵਾਰਦਾਤਾਂ ਨੇ ਜਿੱਥੇ ਖੁਦ ਕੈਦੀਆਂ ਨੇ ਇਸ ਚੀਜ਼ ਨੂੰ ਮੰਨਿਆ, ਜਿੱਥੇ ਖੁਦ ਕੈਦੀਆਂ ਨੇ ਇਸ ਚੀਜ਼ ਨੂੰ ਮੰਨਿਆ ਕਿ ਅੰਦਰ ਸਭ ਕੁਝ ਮਿਲਦਾ, ਬੀੜੀ ਤੋਂ ਲੈ ਕੇ ਜਰਦੇ ਤੋਂ ਲੈ ਕੇ ਹਰੇਕ ਨਸ਼ੇ ਦਾ ਸਮਾਨ ਜਿਹੜਾ ਚਿੱਟਾ ਤੱਕ ਅੰਦਰ ਸਪਲਾਈ ਹੁੰਦਾ, ਇਹ ਖੁਦ ਕੈਦੀਆਂ ਨੇ ਹੀ ਮੰਨਿਆ ਸੀਗਾ। ਔਰ ਇਸ ਚੀਜ਼ ਨੂੰ ਆਪਾਂ ਡਿਨਾਈ ਨਹੀਂ ਕਰ ਸਕਦੇ। ਔਰ ਬਾਰ ਬਾਰ ਤੁਸੀਂ ਜਿਹੜਾ ਇਹ ਕਹਿ ਰਹੇ ਹੋ ਕਿ ਕਾਰਵਾਈ ਹੋ ਰਹੀ ਹੈ ਜਾਂ ਅਜਿਹਾ ਬਿਲਕੁਲ ਨਹੀਂ ਹੈਗਾ, ਤਾਂ ਇਹ ਵੀ ਤੁਹਾਡੇ ਨੋਟਿਸ ਹੋਣਾ ਚਾਹੀਦਾ ਹੈ ਕਿ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆਏ ਨੇ। ਬਗੈਰ ਮੰਤਰੀ ਦੀ ਮਿਲੀ ਭੁਗਤ ਤੋਂ ਬਗੈਰ ਕੋਈ ਵੀ ਸੁਪਰਡੈਂਟ ਕੰਮ ਨਹੀਂ ਕਰ ਸਕਦਾ। ਰਾਈਟ, ਠੀਕ ਹੈ, ਠੀਕ ਹੈ। ਚਰਚਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸਮੇਂ ਦੀ ਥੋੜ੍ਹੀ ਘਾਟ ਹੈਗੀ ਹੈ, ਸੋ ਸ਼ੋਅ ਨੂੰ ਵਾਈਂਡ ਅਪ ਕਰਨਾ ਪੈ ਰਿਹਾ, ਪਰ ਸਵਾਲ ਆਖਿਰ ਇਹੀ ਹੈ ਕਿ ਆਖਿਰ ਜੇਕਰ ਜੇਲ੍ਹ ਮੰਤਰੀ ਵੱਲੋਂ ਲਗਾਤਾਰ ਦੌਰੇ ਕੀਤੇ ਜਾ ਰਹੇ ਨੇ ਅਤੇ ਇਹੀ ਕਿਹਾ ਜਾ ਰਿਹਾ ਕਿ ਪਿਛਲੇ 2.5 ਸਾਲਾਂ ਤੋਂ ਉਹਨਾਂ ਵੱਲੋਂ ਜਦੋਂ ਦੇ ਉਹ ਜੇਲ੍ਹ ਮੰਤਰੀ ਬਣੇ ਨੇ ਉਦੋਂ ਤੋਂ ਉਹ ਦੌਰੇ ਕਰ ਰਹੇ ਨੇ, ਪਰ ਦੌਰਿਆਂ ਦਾ ਨਤੀਜਾ ਕੀ ਨਿਕਲ ਰਿਹਾ? ਦੌਰਿਆਂ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਲਗਾਤਾਰ ਸਾਹਮਣੇ ਆ ਰਹੀਆਂ ਨੇ। ਲੋੜ ਹੈ ਸਰਕਾਰ ਅਤੇ ਪ੍ਰਸ਼ਾਸਨ ਨੂੰ, ਖਾਸ ਤੌਰ 'ਤੇ ਜੇਲ੍ਹ ਪ੍ਰਸ਼ਾਸਨ ਨੂੰ ਜਾਂ ਜੇਲ੍ਹ ਮਹਿਕਮੇ ਨੂੰ ਅਜਿਹੀਆਂ ਘਟਨਾਵਾਂ 'ਤੇ ਠੱਲ ਪਾਉਣ ਦੇ ਲਈ। ਫਿਲਹਾਲ ਦੇ ਲਈ ਮੈਨੂੰ ਤੋਂ ਇਜਾਜ਼ਤ, ਤੁਸੀਂ ਬਣੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ।